ਜਨਮ ਦੇ ਅੱਠ ਤਰੀਕ ਰਵੀਵਾਰ ਨੂੰ ਸਵੇਰ 8:30 ਵਜੇ ਆਪਣੇ ਸੰਸਾਰ ਦੀ ਇਸ ਯਾਤਰਾ ਨੂੰ ਪੂਰਨ ਕਰਕੇ ਉਸ ਅਕਾਲ ਪੁਰਖ ਪਰਮ ਪਿਤਾ ਪਰਮਾਤਮਾ ਦੇ ਸ੍ਰੀ ਚਰਨਾਂ ਵਿੱਚ ਜਾ ਕੇ ਵਿਰਾਜੇ ਨੇ, ਉਸ ਪਵਿੱਤਰ ਜੀਵਾਤਮਾ ਦੇ ਨੇੜੇ ਬੈਠ ਕੇ ਮੈਂ ਅੱਜ ਦੀ ਸਭਾ ਨੂੰ ਸ਼ਾਂਤੀ ਸਭਾ ਨਹੀਂ ਕਹੂੰਗਾ, ਮੈਂ ਅੱਜ ਦੀ ਸਭਾ ਨੂੰ ਗਿਆਨ ਦੀ ਸਭਾ ਕਹੂੰਗਾ, ਕੁਛ ਲੈਣ ਦੀ ਸਭਾ ਕਹੂੰਗਾ, ਕਿਉਂਕਿ ਐਸੇ ਪਵਿੱਤਰ ਜੀਵਾਤਮਾ ਜਿਨ੍ਹਾਂ ਨੇ 84 ਸਾਲ ਸੰਪੂਰਨ ਜੀਵਨ ਉਹਨਾਂ ਨੂੰ ਦੇਖ ਲਓ, ਸਿੱਖਿਆ ਦੇ ਖੇਤਰ ਵਿੱਚ ਉਹਨਾਂ ਨੇ ਸੇਵਾ ਕੀਤੀ, ਸਮਾਜ ਦੀ ਕਰਮ ਯੋਗੀ ਉਹਨਾਂ ਦਾ ਸਰੀਰ ਸੀ, ਪਰ ਅੱਜ ਤੁਸੀਂ ਉਹਨਾਂ ਦੀ ਫੋਟੋ ਨੂੰ ਵੀ ਦੇਖ ਲਓ, ਕਹਿੰਦੇ ਉਹਨਾਂ ਦੇ ਚਿਹਰੇ ਅੱਜ ਦੇਖ ਲਓ ਤੁਸੀਂ, ਪੈਸਾ ਪਹਿਲੇ ਤੋਂ ਜ਼ਿਆਦਾ ਇਨਸਾਨ ਦੇ ਕੋਲੇ ਹੈ, ਪੈਸਾ ਸੁਵਿਧਾ ਪਹਿਲੇ ਤੋਂ ਜ਼ਿਆਦਾ ਇਨਸਾਨ ਦੇ ਕੋਲੇ ਹੈ, ਪਰ ਇੱਕ ਚੀਜ਼ ਦੀ ਕਮੀ ਹੋਗੀ, ਉਹ ਕਮੀ ਕਿਹੜੀ ਹੈ, ਸੰਸਕਾਰਾਂ ਦੀ ਕਮੀ ਪੈ ਗਈ। ਸੰਸਕਾਰ ਕੋਈ ਜਗ੍ਹਾ ਮਿਲਦੇ ਨੇ, ਕਹਿੰਦੇ ਸੰਸਕਾਰ ਜਾਂ ਤਾਂ ਇੱਕ ਟੀਚਰ ਦੇ ਸਕਦਾ ਹੈ ਔਰ ਜਾਂ ਇੱਕ ਮਾਂ ਬਾਪ ਦੇ ਸਕਦੇ ਨੇ, ਤੇ ਦੋਨਾਂ ਪਾਸੋਂ ਹੀ ਤੁਸੀਂ ਦੇਖ ਲਓ, ਬਾਬੂ ਜੀ ਦੇ ਲਾਲਾ ਜੀ ਦੇ ਵੇਲ ਪ੍ਰਕਾਸ਼ ਚੇਤਨ ਸਾਹਿਬ ਦੇ ਜੀਵਨ ਨੂੰ ਤੁਸੀਂ ਉਹਨਾਂ ਦੇ ਸਿੱਖਿਆ ਦੇ ਮਾਧਿਅਮ ਤੋਂ ਜੀਵਨ ਨੂੰ ਦੇਖ ਲਓ, ਉਹਨਾਂ ਦੇ ਜਿੰਨੇ ਵੀ ਬੱਚੇ ਪੜ੍ਹਾਏ ਹੋਏ ਹੈ, ਜਦੋਂ ਮੈਂ ਮਿਲਿਆ ਇੱਕ ਦੋ ਨੂੰ ਉਹਨਾਂ ਨੇ ਮੈਨੂੰ ਇੱਕ ਹੀ ਗੱਲ ਕਹੀ, ਕਹਿੰਦੇ ਪੰਡਿਤ ਜੀ ਉਹਨਾਂ ਦਾ ਸੁਭਾਅ ਸੀ ਜਿੰਨੇ ਵਜੇ ਸਕੂਲ ਲੱਗਦਾ ਸੀ ਉਸ ਤੋਂ 15 ਮਿੰਟ ਪਹਿਲੇ ਕਹਿੰਦੇ ਕਲਾਸ ਦੇ ਵਿੱਚ ਹਾਜ਼ਰ, ਸਕੂਲ ਦੇ ਵਿੱਚ ਹਾਜ਼ਰ ਮਿਲਦੇ ਸੀ, ਔਰ ਇਹਨਾਂ ਦਾ ਕਹਿੰਦੇ ਇੰਨਾ ਨਰਮ ਸੁਭਾਅ ਸੀ, ਆਖਿਰ ਤੱਕ ਪੁੱਛਦੇ ਸੀ ਬੱਚਿਆਂ ਨੂੰ ਕਲਾਸ ਦੇ ਵਿੱਚ ਕੀ ਕਹੋ, ਜੇ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਹੀਂ ਹੈ, ਕਿਸੇ ਪ੍ਰਕਾਰ ਤੋਂ ਕੋਈ ਚੀਜ਼ ਰਹਿ ਕਰੇਗੀ, ਕਿਉਂ ਉਹ ਡਿਊਟੀ ਨੂੰ ਆਪਣਾ ਕਾਰਨ ਸਮਝਦੇ ਸੀ, ਆਪਣਾ ਫਰਜ਼ ਸਮਝਦੇ ਸੀ, ਉਹ ਕਹਿੰਦੇ ਮਾਲਿਕ ਨੇ ਜੋ ਮੈਨੂੰ ਕੰਮ ਦਿੱਤਾ ਹੇ ਪਰਮਾਤਮਾ, ਮੈਂ ਆਪਣੇ ਇਸ ਕੰਮ ਨੂੰ ਅੱਛੇ ਢੰਗ ਦੇ ਨਾਲ ਪੂਰਨ ਕਰ ਸਕਦਾ, ਔਰ ਸਦਾ ਇੱਕ ਗੱਲ ਕਿਹਾ ਕਰਦੇ ਸੀ, ਕੀ ਕਹਿੰਦੇ ਸੀ, ਉਹਨਾਂ ਦੇ ਪਰਿਵਾਰ ਵਾਲਿਆਂ ਨੇ ਮੈਨੂੰ ਦੱਸਿਆ, ਉਹਨਾਂ ਦੇ ਬੇਟੇ ਬੈਠੇ ਨੇ ਸੁਸ਼ੀਲ ਜਿੰਦਲ ਜੀ ਔਰ ਰਾਜੇਸ਼ ਜਿੰਦਲ ਜੀ, ਉਹਨਾਂ ਨੇ ਮੈਨੂੰ ਦੱਸਿਆ, ਕਹਿੰਦੇ ਪੰਡਿਤ ਸਾਡੇ ਪਿਤਾ ਜੀ ਬਾਬੂ ਜੀ ਸਦਾ ਇੱਕ ਗੱਲ ਕਿਹਾ ਕਰਦੇ ਸੀ, ਔਰ ਕਹਿੰਦੇ ਸੀ ਦੁਨੀਆਂ ਦੇ ਵਿੱਚ ਇਨਸਾਨ ਦਾ ਸਰੀਰ ਮਿਲਣਾ ਔਖਾ ਨਹੀਂ ਹੈ, ਇਨਸਾਨ ਦਾ ਸਰੀਰ ਮਿਲ ਜਾਂਦਾ, ਪਰ ਉਹ ਕਹਿੰਦੇ ਨੇ ਸਾਡੇ ਪਿਤਾ ਜੀ ਸਦਾ ਕਿਹਾ ਕਰਦੇ ਸੀ, ਕਹਿੰਦੇ ਇਨਸਾਨ ਦਾ ਸਰੀਰ ਮਿਲਣਾ ਔਖਾ ਨਹੀਂ ਹੈ, ਪਰ ਔਖਾ ਕੀ ਹੈ, ਇੱਕ ਅੱਛਾ ਇਨਸਾਨ ਬਣਨਾ ਉਹ ਸਭ ਤੋਂ ਔਖਾ ਹੈ, ਕਹਿੰਦੇ ਅਮੀਰ ਬੰਦਾ ਬਣ ਸਕਦਾ, ਕਿਸੇ ਕੋਲੋਂ ਪੁੱਛ ਲਓ ਮਾਂ ਬਾਪ ਦੇ ਕੋਲੋਂ, ਕਹਿੰਦੇ ਬੱਚੇ ਨੂੰ ਕੀ ਬਣਾਉਣਾ, ਸਰ ਕੋਈ ਕਹੂਗਾ ਬੱਚੇ ਨੂੰ ਡਾਕਟਰ ਬਣਾਉਣਾ, ਕੋਈ ਇੰਜੀਨੀਅਰ ਬਣਾਉਣਾ, ਕੋਈ ਕਹੂਗਾ ਵਕੀਲ ਬਣਾਉਣਾ, ਕੋਈ ਕਹੂਗਾ ਵਧੀਆ ਵਪਾਰੀ ਬਣਾਉਣਾ, ਪਰ ਬਾਬੂ ਜੀ ਵੇਦ ਪ੍ਰਕਾਸ਼ ਜੀ ਜੰਦਰ ਕਿਆ ਕਰਦੇ ਸੀ, ਉਹ ਕਹਿੰਦੇ ਸੀ ਨਹੀਂ, ਕਿਰਪਾ ਕਰੋ ਵਰਦਾ ਹੋ ਜਗਦੀਸ਼ ਹਰਿ।
बांके बिहारी लाल की जय। बोले श्री गरुड़ पुराण भगवान की जय। बोली जगदिया ज्योता वाली माता तेरी सदा ही जय। तो मैं एक बार फिर प्रार्थना करूंगा कि जिन्होंने भी खाना खा लिया है और बाहर खड़े हैं पीछे खड़े हैं जल्द से जल्द पंडाज बैठक की कृपालता करें और जिन्होंने खाना नहीं खाया और खाना खा के शासन पंडाल बैठक की कृपालता करो कृपा करो। बोलिए शंकरी भगवान की जय। हरिओम गजानन
जंबो फलचारि भक्षणम् उमासुतमशो कविनाशिकारकम् नमामि घनेश्वर पाद पंकजम् कृष्णाय वासुदेवाय हरये परमात्मने प्रणत कलेश नाशाय श्री गोविंदाय नमो नमः। गुरु ब्रह्मा गुरु विष्णु गुरुदेव महेश्वर गुरु साक्षात परब्रह्म तस्मै श्री गुरुवे नमः। ध्यान मूलम् गुरु मूर्ति ओजा मूलम् गुरु पदम् मंत्र मूलम् गुरु वाक्यम् मोक्ष मूलम् गुरु कृपा। आया है सो जाएगा राजा रंक फकीर एक सिंहासन चढ़ चले एक बधे जंजीर थोड़े रात गवाए सोए कर और दिवस गवाया खाई हीरा जन्म अनमोल पर कौड़ी बदले जाए पानी जैसा अश्वारुष की जात देखत हेत जाएगी जो चंदा परिभाष राम नाम के लूट है लूट सके तो लूट तुरंत काल पछताएगा जब कार जाए चोट माटी कहे कुमार से तो क्यों रोंदे मोए एक दिन ऐसा आएगा मैं रोंदोगे तोय राम नाम जपते रहो जब तक घट में प्राण कभी को दीन दयाल की मनक पड़ी की कान सुख दाता और लक्ष्मी पापी के भी होई संत समागम हरि कथा तुलसी दोए नभ दोई जागोड़ी जिन जागना अब जागल की बार फिर क्या जागे नान का जब सोए पाँव वपसार कबीरा जब हम पैदा हुए जब तो हंसा हम रोए कबीरा जब हम पैदा हुए जग हंसा हम रोए। और बच्चे बच्चे खेल रहे हैं बच्चे आओ मिलते हैं लेके अपनी गोदी च बैठन बैठाओ क्योंकि सत्संग जो है और श्रद्धा भक्ति के नाल जो बैठ के सुनांगी ताई समझ चाहूंगा कि आप कि ऐसे पहुंचे हैं। कहते ने भगवान के पाने वालों की तकदीर बदलते रहती है शीशा तो वही रहता है तस्वीर बदलती रहती है। कहते ने यह सच है जो अभी आया है उस इंसान ने इस दुनिया तो एक लेकिन जाना है सामने जाना है पर कहते हैं हर बंदे में जान जान फर्क होता है।
किसे देवी आन का तरीका सबका एक है, चाहे राजा है चाहे रंक है, चाहे अमीर है चाहे गरीब है, चाहे साधु है और चाहे गृहस्थी है, सबका एको ही तरीका है। दुनिया कुछ पैदा होगा दुनिया कुछ होगा सबका एक ही तरीका है। क्या तरीका है? पहले लोग के पैदा हुए जिन्हें भी आप दुनिया में चाहिए ना, बोलो किस तरह पैदा हुए, बोलो रोके पैदा हुए। आज के तो पैदा नहीं होया, कोई कोई बदला जिस मानते ने पिछले जन्म की भगती की हो गए तो लिखते ने जगत जन्म लेंदा है, जन्म लेने मोह तो परमात्मा का नाम निकल दे। पर हर दुनिया हर इंसान रोके पैदा हुए है, पर कहते ने रोके पैदा होया पर मैं रोके बनना नहीं चाहूंगा। किसने कहा बोलो? कबीरदास जी ने। की कहते हैं? कबीरा जब हम पैदा हुए जगत हंसा, बोलो हम रोए और ऐसे करनी कर चले ये, बोलो हम हंसे ये जग रोए। क्या जैसे करनी करके महान पवित्र आत्मा बाबू जी स्वर्गीय श्री वेद प्रकाश जी जिंदल जिन्होंने लगभग साढ़े और अपने नस्ल श्री का प्रचार करके 8 तारीख रविवार को सुबह 8:30 बजे अपने संसार की इस यात्रा को पूरा करके उस अकाल पुरख परम पिता परमात्मा ने श्री चरण में जाके विराजे ने उस पवित्र जीवात्मा के नेड़े बैठ के मैं आज की सभा को शांति सभा नहीं कहूंगा, मैं आज की सभा को ज्ञान की सभा कहूंगा, कुछ लैंड की सभा कहूंगा, क्योंकि ऐसे पवित्र जीवात्मा जिन्होंने 84 साल संपूर्ण जीवन अनंत देख लो शिक्षा के क्षेत्र में उन्होंने सेवा की समाज की कर्म योगी उन्होंने शरीर थी और अभी उन्होंने फोटो भी देख लो कहते उन्होंने चेहरे के नूर जो से उसने देख लो तो थोड़ा पता लग जाएगा कि वो कई शख्सियत से कैसे उन्होंने विचार जीवन और जीवन को आप सब ने मिलकर शिक्षा लेनी है और अपने जीवन में एक दिशा देनी है, क्योंकि परम पिता परमात्मा की कृपा के नाल जो मालिक ने अपनी रोटी लगाई है। लिखते ने फिक्र करते बाबरे जिक्र करते साध उठ कबीरा, जिक्र कर फिक्र करेगा आप। कहते ने मालिक ने बंदे की रोटी इंसान की रोटी जिक्र करने की लाई है, सुनने की लाई है, सेवा की लाई है, सत्संग की लाई है और अपने को मालिक ने एक ड्यूटी रखी है। मालिक की ड्यूटी की है? मालिक की ड्यूटी है सब की चिंता करना, सब की फिक्र करना, यह ड्यूटी है मालिक की। विचार करो कहते आप रात को खा के अपने घर के बैठ के इन्हें जीव जंतु पशु पक्षी इन्हें प्राणी सब की चिंता कौन कर रहे है? वो मालिक कर रहे है, उसने पता है इस दाना देना है, इतों की भेजना है, कितों की व्यवस्था करनी है, यह काम उस मालिक का है। आप इन्हें चिंता नहीं कर सकते, इन्हें फिक्र नहीं कर सकते। संत लिखते ने फिक्र करते बाजरे जिक्र करते साध उठ कबीरा, जिक्र कर फिक्र करेगा आप। और मालिक की ड्यूटी है फिक्र करना और प्रेमियों अपनी ड्यूटी है जिक्र करना, सत्संग सुनना, सेवा करनी, सुमिरन करना, ये सब अपनी ड्यूटी है। पर आप की करते हैं बोलो? मालिक की ड्यूटी भगवान की ड्यूटी आप ली और अपनी ड्यूटी आप बोलो भगवान को देती ताकि आप कहने की कहने तेरे भरोसे मेरी गाड़ी तू जाने तेरा
है तेरे भरोसे मेरी गाड़ी तो जाने तेरा काम जाने कि हे मेरे मालिक जो भी तेरा काम कर्म है और तू अपनी कर दे। कहते नहीं संसार को एक जन्म मिले उस मालिक ने अपन जन्म देते है अच्छे जीवन अच्छा जीवन बढ़िया व्यवहार करके उस मालिक दे चरणा जाना आपका। कहते मरने को प्रियो मरती है सारी दुनिया यो मरने को तो मरती है सारी दुनिया पर कहते असल मरना किसद है कहते जो जीते भी अपनी इच्छा नो खत्म कर ले जो जीते भी अपने मन नो मार ले समझो उस मरने का बार बार मरना नहीं होता बार बार जन्म नहीं है। संसार सलाई में दो दिन का ही मेला है दो ही मेले लगते है एक जन्म से और एक मरण से अंत मेले का एक जन्म से है संसार सलाई में दो दिन का ही मेला है आया भी अकेला है और जाना भी अकेला है। संसार में कोई भी चीज नारे भी लेके जाए और कहते जब मौत का समय आ गया ना कोई दवा लगेगी ना ही दुआ काम आएगी क्योंकि श्वास ही पूरे हो गए। दुनिया हर चीज का नाम है हर चीज का संसार का भी एक नाम है की नाम है मृत्यु लोक रेडियो की नाम है मृत्यु लोक। इस लोक दे विच संसार दे विच हर मिनट हर पल हर चीज मृत्यु की ओर जा रही है कैसे जा रही है मौत की ओर हर चीज हर मिनट मौत दे मेरे हो रही है जरा सा अपना ले रहे हैं और सा निकल गया अपना अपना एक कदम मौत दे मेरे हो गए। कहने बड़े बड़े पहाड़ जिन्हों को कोई तोड़ नहीं सकता समय पूरा हो जाए अपने आप टूट जाते हैं बड़े बड़े पेड़ जिन्होंने कई तूफान देख ले समय पूरा हो जाए अपने आप टूट के सड़क दिख पैदे ने इना वधिया मकान बना लो कहते एक दिन समय पूरा हो जाए और मकान भी पुराना खंडर जर्जर हो जाता है। ये कहते कि बढ़िया कपड़ा पा लो कि बढ़िया कंपनी हो गए एक दिन कपड़ा भी जवाब दे देंगे कट जाता है। कहते उस तो बाद कहते जो शरीर मालिक को मिले है परमात्मा जी को मिले है इस शरीर से भी की देखो शरीर का की है काले बाल सफेद हो गए अखा कमजोर हो गया दंद चले गए पर फिर भी सब गुण निकले में महापुरुष निकले में कोई घाटा नहीं गया कि काले बाल सफेद हो गए अखा कमजोर हो गया दंद चले गए कहते फिर भी कोई घाटा नहीं गया क्यों कहते घर टूट गए बनाया जा सकता है नवा रंग उतर गए कराया जा सकता है कपड़ा फट गए नया लिया जा सकता है चिट्टे बाल भी काले कितने जा सकते है अखा भी वापस आ सकती ने दंद भी वापस मिल सकते है पर काले सा गया श्वास वापस नहीं मिल सकता कहने भी पैसे आप लेके खड़े रहेंगे प्रेमियों एक भी साथ पढ़ो नहीं मिल सकता तेरे मौत किसका नाम है मौत किसनों कहने में सतगुरु महापुरुष ग्रंथ सारे ही कहने में इस संसार के जो जीव का समय पूरा हो जाए इस संसार के जो बंदे का समय पूरा हो जाए उसे मौत कहते हैं। किस बंदे का समय पूरा हो गया किसी बंदे ने क्या पढ़ी समझ नहीं आई मैं कहना सुनो तुसे बाजार गए मेडिकल से चले गए गोली का नाम दसिया और गोली वाले ने कहा फलानी गोली दे दे मेडिकल वाले ने गोली दे दी पता तुसे ले लिया नाम पढ़ लिया नाम वो भी कंपनी वो भी रंग वो भी पर नजर मारी तक की पत्ते से जो डेट लिखी है और डेट का जा चुकी है और डेट निकल गई और डेट गुजर गई तो उसे पत्ता वापस दे दे दुकानदार को कहा भाई साहब ए गोली का बोलो की होगी एक्सपायर
ये बंदा एक्सपायर हो गया। क्यों एक्सपायर हो गया बोलो? की खत्म हो गया बंदे का टाइम पूरा हो गया। क्या पर की कहने बंदा पूरा हो गया? की कहने बंदा पूरा हो गया। पूरा होना मतलब की है कि उस बंदे का जितना भी समय उस मालिक ने जिस तरह कंपनी दवाई पे टाइम लिख दी है उस तरह जीव देवी परम पिता परमात्मा ने भेजन तो पहले मुठियां दे विच कहिंदे समय लिख के देता तेरा ऐ समय है ऐ दिन है तो इस दुनिया तो वापस मेरे घर आकर के मेरा जाएगा। ऐसे वास्ते कहिंदे ने मालिक ने इंसान नु उस परमात्मा ने इंसान नु बार बार चंगे कर्म चंगा रस्ता याद करवाउण लई छे चीजा मालिक ने अपने कोल रख ली। बाकी सब कुछ करण दी आजादी से परमात्मा ने बंदे नु दे दी। छे चीजा भगवान ने अपने कोल रखिया ने केड़िया केड़िया ने? कहने सुनो हो भरत भावी प्रबल विलखता हो मणि नाथ हानि लाभ जीवन मरण यश अपयश दे दिहा। केड़ी केड़िया ने? कहने जन्म मरण हानि लाभ यश अपयश ऐ छे चीजा भगवान ने अपने को रख लिया। छे चीजा भगवान के कोले है। फिर भी बंदे ने एक दिन भगवान को कहता कहने परमात्मा छे चीजा तू अपने को रख लिया? भगवान कहने हाँ। कहने जो तू छे तू रखिया ने साजे तो थोड़ी होर कृपा कर। कहने की? कहने छे दे विचो तेने तो सानो बोल दे तेने अपने को रख ले असि पहले भी तेरे को नहीं मंगांगे। भगवान कहने छे दे विचो तेने केड़ी केड़ी चाहिए ने? कहने जन्म दे दे मौत तेरे को कदे नहीं मंगदे। लाभ दे दे प्रकाटा तेरे को बोलो कदे नहीं मंगदे। यश दे दे अपयश तेरे को कदे नहीं मंगदे। भगवान कहंदे ने एक मंगेगा दूजा बिना मंगे तेनो अपने आप मिलूगा। दिन आया रात आऊगी सुख मंगोगे बोलो दुख भी मिलूगा। पर आप सारे बैठे देखो आप भगवान को की कहने बोलो किसानो सुखे करते जिन्ने भी आप काम करते हैं सवेर तो लेके शाम तक सारे काम आप सुख वास्ते करते हैं। दुख वास्ते आप कोई भी काम बोलो कोई करते है? कोई भी काम कोई भी नहीं करता। पर की लिखे और तुसे दुनिया ते नजर मार लो कोई भी आदमी ऐसा नहीं ढूंढ सकते जो ये कह दे कि मैं सुखी हाँ। कोई भी आदमी नहीं कह सकते। ताकि मां कुछ कह करके गए हैं कि सारा संसार दुखी है संपूर्ण संसार संपूर्ण दुनिया दुखी है। कहते कोई तन दुखी कोई तन दुखी किसी को बहुत कुछ है पर शरीर ऐसा है खान की इजाजत नहीं दे रहे। कोई तन दुखी कोई मन दुखी कोई मन को परेशान है मन को परेशान है कोई चल है ऐसा पैसा तो है पर भुख नहीं लग रही। करिए कि सब कुछ है भुख नहीं मर रही। कोई तन दुखी कोई मन दुखी कोई धन बिन रहत उदास थोड़े थोड़े सब दुखी और सुखी राम की दास। कहने हैं दुनिया दे विच ओही बंदा सुखी है। कौन सुखी है? जिस बंदे आपनों जोड़ लिया जिस बंदे ने परमात्मा दे नाम दे नाल उसकी सेवा दे नाल सुमिरन दे नाल अपने आपनों जोड़ लिया। इसलिए मालिक करो कदे सुख ना मंगो कदे दुख ना मंगो यही गल क्या करो मालिक नो जिसमें तेरी रजा है। हे मेरे मालिक जे तो मैनू दुख दे विच रख ले जे तो मैनू सो कि पर परमात्मा तेरा साथ मेरे तो कदे ना टूटे तेरी याद मेरे मन तो कदे ना जावे किन्ने भी संसार दे सुख मिल जाए है ना। कि हे मेरे मालिक जे तू साडी झोली दे विच साडी भगती तो खुश है तां तू ऐ कर दुनिया दे नाम बुलाओ गुरारे ते अपना अपना नाम लिख दियो अपना अपना नाम लिख दियो गुब्बारे ते सब ने नाम लिखता कहते गुरु जी नाम लिखता कहते ऐ करो एक एक जना खड़ा होके सामने कमरा कमरे रख दियो अपना अपना गुब्बारा सब ने
पांच मिनट बाद गुरु जी बोले सारे जाओ अपना अपना गुबारा पांच मिनट ढोड़ के वापस ले आओ। सारे चले गए अपना अपना गुबारा लटन पर कहते समय पूरा हो गया किसी को भी गुबारा नहीं मिले सारे खाली आ गए। दो बातों को याद रख जो जहन कल्याण नारायण एक मौत को और दूजे श्री भगवान कहते दुनिया के जाके सब कुछ भूल जाओ सब कुछ दो ही गल्ला याद रखो केड़ी गल्ला एक मौत नो और एक परमात्मा नो सदा याद रखो। मौत है ना घर तेरा ना परिवार तेरा ऐसे तक आखिरी वेले का बोलो कोई टाइम नहीं है। इस वास्ते मौत नो याद रखने वास्ते भगवान कहते ने कि इंसान तू मौत नो ता याद कर मुसाफिर रह। कहते भगवान इंसान हो कहते तू मुसाफिर है आप चले जाइए रेलवे स्टेशन से बस स्टैंड से भीड़ बहुत दिखेगी पर कहते आदमी उसे दो ही मिलेंगे मुसाफिर उसे दो ही मिलेंगे केड़े कहते एक आने वाला और एक जाने वाला एक उतरने वाला और एक चढ़ने वाला एक आ रहा है और एक जा रहा है। इस तरह संसार के विच भी दो ही आदमी ने एक जन्म लेके आ रहा है और एक सफर पूरा करके जा रहा है दोनों ही मुसाफिर है। आप जिन्हें भी दुनिया के विच बैठे हैं आप सारे बोलो कौन है बोलो मुसाफिर पर आप मुसाफिर मैं करता मालिक रहती मेरे नाम है पैसे मेरे नाम है बच्चे मेरे पत्नी मेरे परिवार मेरा। संत महापुरुष भगवान हंस के कहते ना घर तेरा ना घर मेरा ये चिड़िया रैन बसेरा है कहते कुछ भी तेरा नहीं हर चीज से तो अपना नाम लिखाया घर से अपना नाम लिखाता गड्डी से अपना नाम लिखाता पांड्या से अपना बोलो चमच से भी लिखाया ना मेरा है। नाम का मतलब की है ये चीज मेरी है मैं इस चीज का मालिक का पर परमात्मा कहते तेरा तो अपना शरीर भी नहीं है एक दिन है भी तेनो छड़ना पड़ूगा तो इंसान मुसाफिर बन के दुनिया के विच आउंदा है। नजर मारो कहते आने वाले कोले भी समान है आने वाले कोले भी समान है और जाने वाले कोले भी समान है ना। किसी बंदे ने टूर से जाना हो तीर्थ यात्रा से जाना हो तो घरवालों की कहना है मैं जाना है पांच दिन बाद मेरा टैक्सी मेरा बैग तैयार कर दियो मेरे कपड़े बिच पा दियो जो जो भी समान है जरूरत का तारियां तीनों तैयारियां कर ली पर की कहते ने बंदा इतना होशियार है दो तैयारियां करता है तीसरी तैयारी नहीं करता कई तैयारी है एक तैयारी है जन्म की तैयारी घर के बच्चा होने वाला है आप तैयारी करते हैं बच्चा पैदा होगा बच्चे का ए नाम रख देंगे बच्चे नो इसे पढ़ावांगे बच्चे नो इन्ना पढ़ावांगे और बड़ा होने तो बाद बच्चे को ऐ कुछ बना देंगे। कहते एक बार एक परिवार बैठा से आपस में गल्ला करी जा रही थी पत्नी कहने लगी मैं बच्चे नो डॉक्टर बनावांगे पति कहने लगा नहीं मैं वकील बनाऊंगा गल्ला करते करते लड़ पे उतो दे रिश्तेदार आ गया कहते की गल होगी कहते कह रही नहीं डॉक्टर बनाना है मैं कह रहा वकील बनाना है। उस बंदे ने कहा लड़न की की लोड़ है तुसे बच्चे को पूछ लो की बनाऊंगा कहते बच्चा तो हजे पैदा ही नहीं हो बच्चा तो हजे पैदा ही नहीं होया ये लिखते ने आप आशा कर लेने इच्छा कर लेने जन्म तो पहले की तैयारी शुरू करती बच्चा होगा पैदा फलाना नाम रखना है इना पढ़ाना है इना इसे तो बनाना है कैसे तैयारी है जन्म की तैयारी एक तैयारी शादी की तैयारी है सगाई होगी मंगने होगी आप तैयारी शुरू कर देनी है उसे शादी करनी है कहीं रिश्तेदार बुलाने हैं इस तरह प्रोग्राम करना है तैयारियां करते हैं। एक तीसरी तैयारी है एक जन्म की है एक शादी की है और एक तीसरी तैयारी कही है बोलो उस मालिक के घर जान की तैयारी उस मालिक के घर वास करने की तैयारी पर तैयारी आप बोलो करते हैं
और तैयारी को आप मोह मोड़ रखे है कि उस तैयारी को आप नहीं करना। पर संत महापुरुष लिखते हैं दो बातों को याद रखे, जेडी मैं पहले गल कही थी कि भगवान के पाने वालों की तकदीर बदलती रहती है। जिवें आप अखबार पढ़ रहे हैं, अखबार के विच आ गया एक बस जा रही सी पहाड़ा से, वो बस डिग पी और पांच सात आदमी खत्म हो गए मारे गए। आप अखबार पढ़ती बंद करके रखती आदमिया का जाना आदमिया का मरना अपने वास्ते कुछ दुखदाई नहीं हो। पर संत कहते ने अगर कोई आदमी प्राण चढ़ता है आप समझते हैं अपने तो कोई फर्क नहीं पिया, पर सारे संत ग्रंथ कहते ने अपने फर्क पाएगा। किसी आदमी ने कहा बस उथे पलटी सत बंदे उथे मरे साढ़े से की फर्क पेगा, ना लेना साडा ना देना, ना रिश्तेदारी ना आना ना जाना, ना जानकारी सानू दुख सानू फर्क किवें पै गया। महापुरुष कहते ने देखो आप रेलगड्डी का सफर करना है, लाइन के विच लगे हैं टिकट लैन को, अपने अगे दस बंदे है ग्यारह अपना नंबर है, पहले बंदे ने खिड़की तो टिकट लेनी टिकट लेके लाइन तो निकल गया, अपना नंबर केड़ा सी ग्यारहवा, बंदा एक निकल गया केड़ा रह गया दसवा, दूसरे ने टिकट ले ली लाइन तो निकल गया नौवा, तीसरे ने अठवा, चौथे ने सतवा, जिवे जिवे बंदा टिकट लेके निकल रहा है ओवे मेरा नंबर एक बोलो अगे जा रहा है, मेरा कदम एक खिड़की की ओर बढ़ रहा है। ऐसे तरह ग्रंथ महापुरुष कहते हैं मौत वाली लाइन के विच भी आपां सारे लगे हुए हैं। जिस तरह एक बंदा सफर पूरा करके इस दुनिया तो चला जाता है उस तो बाद अपना कदम भी करके हो जाता है। हुण नहीं बोले कोई भी क्यों, क्योंकि संसार का सच की है मानना सच है पर बंदा नहीं स्वीकार करता। दो बातों को याद रख, जो चाहे कल्याण नारायण एक मौत को और दूसरे श्री भगवान। जिंदगी तो सारे नु मिलती है, जिंदगी सब नु मिलती है, पर ऐसी सुंदर जिंदगी जैसे साडे बाबू जी स्वर्ग के श्री वेद प्रकाश जी जिंदर जी करके गए, ऐसी जिंदगी हर बंदा नहीं जी सकता, ऐसा जीवन हर बंदा नहीं जी सकता, ऐसा स्वभाव हर बंदे का हो नहीं सकता। हसमुख स्वभाव दे व्यक्तित्व दे ताड़ी से जब मैं इतने पहुंचा परिवार के बारे में पूछा संपूर्ण परिवार मेरे को रह गया और दर्शन लगे और मेरे को पड़े हुए भी कई जने ऐसे रह गए थे सो मेरे को दर्शन लगे। कहते पंडित जी बाबू जी के लाला जी के जीवन के बारे वेद प्रकाश जी जिंदल जी के जीवन के बारे से दसीए तो कहते कर्म योगी इंसान से कहे थे कर्म योगी, उन्होंने कर्म नो महत्व दिता और सदा ही क्या करते से कहते से कर्म ही पूजा है, कहते से कर्म ही पूजा है, कहते जिन्हें कर्म नो चंगे ढंग नाल कर लिया उस बंदे नो रब नो भी नफरत नहीं लोड़ती, कर्म अच्छा कर लो ताही आपां कहने आ अपने कर्मां दी ही गल है, अपने कर्म ही ऐसे से ता साडे वेद प्रकाश जी क्या करते से ज्ञान दे धनी से ज्ञान देता धनी से शिक्षा के क्षेत्र दे विच ओना दे पढ़े हुए बच्चे भी मैंने दसिया अज बहुत उच्चे पद ते बैठे हुए है, उन्होंने संपूर्ण जीवन त्यागमय जीवन दिता है। ऐसे तक उन्होंने परिवार ने दसिया कहते पंडित जी उन्होंने स्वभाव से अगर किसी बच्चे के कोल किसी प्रकार से लिखण दी मन में सामग्री नहीं है कापी नहीं है पेन नहीं है या कोई भी दिक्कत आते से तो कहने बाबू जी अपने को भी खर्च करके अपने पैसे तो भी कहने बच्चों का सहयोग उन्होंने सेवा तो मोह नहीं मोड़ते से हमेशा ही अगे रहा करते से। और कहते ने ऐसा गल का एक प्रमाण है, प्रमाण की है कहते किसी बंदे की जिंदगी नो किसी बंदे के जीवन नो तो से देखना हो रहे तो कहते उस बंदे से अंतिम समय पे जाके देख लो। आज आप समाज में बैठे हैं ज्ञान समाज में बैठे हैं
ਤੇ ਤੁਸੀਂ ਦੇਖ ਲੋ ਸ਼ੁਰੂ ਤੋਂ ਲੈ ਕੇ ਆਖਿਰ ਤੱਕ ਬੈਠਣ ਦੀ ਜਗ੍ਹਾ ਨੀ, ਬਹੁਤ ਜਗ੍ਹਾ ਅਸੀਂ ਜਾਂਦੇ ਹਾਂ, ਭਾਈ ਬਹੁਤ ਮਿਲਦੇ ਨੇ, ਭੈਣਾਂ ਦੀ ਸੰਖਿਆ ਘੱਟ ਹੁੰਦੀ ਹੈ, ਪਰ ਤੁਸੀਂ ਦੇਖ ਲੋ ਦੋਨਾਂ ਪਾਸੇ ਬਿਲਕੁਲ ਆਖਿਰ ਤੱਕ ਬੈਠਣ ਦੀ ਜਗ੍ਹਾ ਨੀ ਹੈ। ਅੱਜ ਬੰਦੇ ਕੋਲ ਸਮੇਂ ਦੀ ਘਾਟ ਹੈ, ਹੋਰ ਚੀਜ਼ ਦੀ ਕਮੀ ਨੀ, ਪੈਸਾ ਪਹਿਲੇ ਤੋਂ ਜ਼ਿਆਦਾ, ਸੁਵਿਧਾ ਸਭ ਤੋਂ ਜ਼ਿਆਦਾ, ਪਰ ਇੱਕ ਚੀਜ਼ ਦੀ ਕਮੀ ਹੈ, ਸਮੇਂ ਦੀ ਕਮੀ ਹੈ। ਪ੍ਰੇਮੀਓ, ਮੈਂ ਜਦੋਂ ਇੱਥੇ ਪਹੁੰਚਿਆ ਕਿ ਬਿਲਕੁਲ 1:15 ਵਜੇ ਹੀ ਸਾਰੇ ਬੈਠ ਗਏ ਸੀ, ਪਰ ਉਹਨਾਂ ਦੇ ਪਰਿਵਾਰ ਨੇ ਕਿਹਾ ਪੜ੍ਹਨੀ ਜਿੰਨਾ ਹੋ ਸਕੇ ਬਾਬਾ ਜੀ ਦੇ ਜੀਵਨ ਦੇ ਬਾਰੇ ਦੱਸੋ, ਕਿਉਂਕਿ ਬਾਬਾ ਜੀ ਨੇ ਇੱਕ ਹੀ ਗੱਲ ਸਿਖਾਈ ਹੈ, ਉਹੀ ਗੱਲ ਅੱਜ ਸਮਾਜ ਦੇ ਵਿੱਚ ਕਮੀ ਆ ਰਹੀ ਉਸ ਗੱਲ ਦੀ। ਪਰਿਵਾਰ ਵਾਲੇ ਦੱਸਿਆ, ਕਹਿੰਦੇ ਪੰਡਿਤ ਬਾਬੂ ਜੀ, ਵੇਦ ਪ੍ਰਕਾਸ਼ ਜੀ, ਜਿੰਦਰ ਸਾਹਿਬ ਇੱਕ ਹੀ ਗੱਲ ਕਿਹਾ ਕਰਦੇ ਸੀ, ਔਰ ਕੀ ਕਹਿੰਦੇ ਸੀ, ਸੰਪਤੀ ਹਰ ਦੇ ਕੋਲੇ ਹੋ ਸਕਦੀ ਹੈ, ਪੈਸਾ ਸਭ ਦੇ ਕੋਲੇ ਹੋ ਸਕਦਾ, ਪਰ ਸੰਸਕਾਰ ਹਰ ਬੰਦੇ ਕੋਲੇ ਨਹੀਂ ਹੋ ਸਕਦੇ। ਅੱਜ ਦੇਖ ਲਓ ਤੁਸੀਂ, ਪੈਸਾ ਪਹਿਲੇ ਤੋਂ ਜ਼ਿਆਦਾ ਇਨਸਾਨ ਦੇ ਕੋਲੇ ਹੈ, ਪੈਸਾ ਸੁਵਿਧਾ ਪਹਿਲੇ ਤੋਂ ਜ਼ਿਆਦਾ ਇਨਸਾਨ ਦੇ ਕੋਲੇ ਹੈ, ਪਰ ਇੱਕ ਚੀਜ਼ ਦੀ ਕਮੀ ਹੋਗੀ, ਔਰ ਕਮੀ ਕਿਹੜੀ ਹੈ, ਸੰਸਕਾਰਾਂ ਦੀ ਕਮੀ ਪੈਗੀ। ਸੰਸਕਾਰ ਦੋ ਹੀ ਜਗ੍ਹਾ ਮਿਲਦੇ ਨੇ, ਕਹਿੰਦੇ ਸੰਸਕਾਰ ਜਾਂ ਤਾਂ ਇੱਕ ਟੀਚਰ ਦੇ ਸਕਦਾ ਹੈ, ਔਰ ਜਾਂ ਇੱਕ ਮਾਂ ਬਾਪ ਦੇ ਸਕਦੇ ਨੇ, ਤੇ ਦੋਨਾਂ ਪਾਸੋਂ ਹੀ ਤੁਸੀਂ ਦੇਖ ਲਓ, ਬਾਬੂ ਜੀ ਦੇ, ਲਾਲਾ ਜੀ ਦੇ, ਵੇਦ ਪ੍ਰਕਾਸ਼ ਜਿੰਦਰ ਸਾਹਿਬ ਦੇ ਜੀਵਨ ਨੂੰ ਤੁਸੀਂ ਉਹਨਾਂ ਦੇ ਸਿੱਖਿਆ ਦੇ ਮਾਧਿਅਮ ਤੋਂ ਜੀਵਨ ਨੂੰ ਦੇਖ ਲਓ, ਉਹਨਾਂ ਦੇ ਜਿੰਨੇ ਵੀ ਬੱਚੇ ਪੜ੍ਹਾਏ ਹੋਏ ਹੈ। ਜਦੋਂ ਮੈਂ ਮਿਲਿਆ ਇੱਕ ਦੋ ਨੂੰ, ਉਹਨਾਂ ਨੇ ਮੈਨੂੰ ਇੱਕ ਹੀ ਗੱਲ ਕਹੀ, ਕਹਿੰਦੇ ਪੰਡਿਤ ਜੀ, ਉਹਨਾਂ ਦਾ ਸੁਭਾਅ ਸੀ, ਜਿੰਨੇ ਵਜੇ ਸਕੂਲ ਲੱਗਦਾ ਸੀ ਉਸ ਤੋਂ 15 ਮਿੰਟ ਪਹਿਲੇ ਕਹਿੰਦੇ ਕਲਾਸ ਦੇ ਵਿੱਚ ਹਾਜ਼ਰ, ਸਕੂਲ ਦੇ ਵਿੱਚ ਹਾਜ਼ਰ ਮਿਲਦੇ ਸੀ, ਔਰ ਇਹਨਾਂ ਦਾ ਕਹਿੰਦੇ ਇੰਨਾ ਨਰਮ ਸੁਭਾਅ ਸੀ, ਆਖਿਰ ਤੱਕ ਪੁੱਛਦੇ ਸੀ ਬੱਚਿਆਂ ਨੂੰ ਕਲਾਸ ਦੇ ਵਿੱਚ ਕੀ ਕਹੋ, ਜੇ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਹੀਂ ਹੈ, ਕਿਸੇ ਪ੍ਰਕਾਰ ਤੋਂ ਕੋਈ ਚੀਜ਼ ਰਹਿ ਤਾਂ ਨਹੀਂ ਗਈ, ਕਿਉਂ, ਉਹ ਡਿਊਟੀ ਨੂੰ ਆਪਣਾ ਕਾਰਨ ਸਮਝਦੇ ਸੀ, ਆਪਣਾ ਫਰਜ਼ ਸਮਝਦੇ ਸੀ, ਉਹ ਕਹਿੰਦੇ ਮਾਲਿਕ ਨੇ ਜੋ ਮੈਨੂੰ ਕੰਮ ਦਿੱਤਾ ਹੈ, ਹੇ ਪਰਮਾਤਮਾ, ਮੈਂ ਆਪਣੇ ਇਸ ਕੰਮ ਨੂੰ ਅੱਛੇ ਢੰਗ ਦੇ ਨਾਲ ਪੂਰਨ ਕਰ ਸਕਦਾ, ਔਰ ਸਦਾ ਇੱਕ ਗੱਲ ਕਿਹਾ ਕਰਦੇ ਸੀ, ਕੀ ਕਹਿੰਦੇ ਸੀ, ਉਹਨਾਂ ਦੇ ਪਰਿਵਾਰ ਵਾਲਿਆਂ ਨੇ ਮੈਨੂੰ ਦੱਸਿਆ, ਉਹਨਾਂ ਦੇ ਬੇਟੇ ਬੈਠੇ ਨੇ ਸੁਸ਼ੀਲ ਜਿੰਦਲ ਜੀ ਔਰ ਰਾਜੇਸ਼ ਜਿੰਦਲ ਜੀ, ਉਹਨਾਂ ਨੇ ਮੈਨੂੰ ਦੱਸਿਆ, ਕਹਿੰਦੇ ਪੰਡਿਤ ਸਾਡੇ ਪਿਤਾ ਜੀ ਬਾਬੂ ਜੀ ਸਦਾ ਇੱਕ ਗੱਲ ਕਿਹਾ ਕਰਦੇ ਸੀ, ਔਰ ਕਹਿੰਦੇ ਸੀ, ਦੁਨੀਆਂ ਦੇ ਵਿੱਚ ਇਨਸਾਨ ਦਾ ਸਰੀਰ ਮਿਲਣਾ ਔਖਾ ਨਹੀਂ ਹੈ, ਇਨਸਾਨ ਦਾ ਸਰੀਰ ਮਿਲ ਜਾਂਦਾ, ਪਰ ਉਹ ਕਹਿੰਦੇ ਨੇ ਸਾਡੇ ਪਿਤਾ ਜੀ ਸਦਾ ਕਿਹਾ ਕਰਦੇ ਸੀ, ਕਹਿੰਦੇ ਇਨਸਾਨ ਦਾ ਸਰੀਰ ਮਿਲਣਾ ਔਖਾ ਨਹੀਂ ਹੈ, ਪਰ ਔਖਾ ਕੀ ਹੈ, ਇੱਕ ਅੱਛਾ ਇਨਸਾਨ ਬਣਨਾ ਉਹ ਸਭ ਤੋਂ ਔਖਾ ਹੈ, ਕਹਿੰਦੇ ਅਮੀਰ ਬੰਦਾ ਬਣ ਸਕਦਾ, ਕਿਸੇ ਕੋਲੋਂ ਪੁੱਛ ਲਓ, ਮਾਂ ਬਾਪ ਦੇ ਕੋਲੋਂ, ਕਹਿੰਦੇ ਬੱਚੇ ਨੂੰ ਕੀ ਬਣਾਉਣਾ, ਕੋਈ ਕਹੂਗਾ ਬੱਚੇ ਨੂੰ ਡਾਕਟਰ ਬਣਾਉਣਾ, ਕੋਈ ਇੰਜੀਨੀਅਰ ਬਣਾਉਣਾ, ਕੋਈ ਕਹੂਗਾ ਵਕੀਲ ਬਣਾਉਣਾ, ਕੋਈ ਕਹੂਗਾ ਵਧੀਆ ਵਪਾਰੀ ਬਣਾਉਣਾ, ਪਰ ਬਾਬੂ ਜੀ ਵੇਦ ਪ੍ਰਕਾਸ਼ ਜੀ ਜਿੰਦਲ ਕਿਹਾ ਕਰਦੇ ਸੀ, ਉਹ ਕਹਿੰਦੇ ਸੀ, ਨਹੀਂ, ਡਾਕਟਰ ਬਾਅਦ ਵਿੱਚ ਬਣੂਗਾ, ਵਕੀਲ ਬਾਅਦ ਵਿੱਚ ਬਣੂਗਾ, ਇੰਜੀਨੀਅਰ ਬਾਅਦ ਵਿੱਚ ਬਣੂਗਾ, ਸੇਠ ਬਾਅਦ ਵਿੱਚ ਬਣੂਗਾ, ਅਮੀਰ ਬਾਅਦ ਵਿੱਚ ਬਣੂਗਾ, ਪਰ ਕੋਸ਼ਿਸ਼ ਕਰੋ ਸਭ ਤੋਂ ਪਹਿਲੇ ਉਸ ਇਨਸਾਨ ਨੂੰ, ਉਸ ਬੱਚੇ ਨੂੰ ਇੱਕ ਅੱਛਾ ਇਨਸਾਨ ਬਣਾਉਣਾ ਚਾਹੀਦਾ, ਕੀ ਕਹਿੰਦੇ ਸੀ, ਇੱਕ ਅੱਛਾ ਇਨਸਾਨ ਬਣਨਾ ਦੁਨੀਆਂ ਦੇ ਵਿੱਚ ਔਖਾ ਹੈ। 80 ਲੱਖ ਸਰੀਰ ਬਣਾਏ ਹੈ ਆਪਣੇ ਤੋਂ ਇਲਾਵਾ, ਬੰਦੇ ਤੋਂ ਇਲਾਵਾ, ਅੱਖਾਂ ਉਹਨਾਂ ਕੋਲੇ ਵੀ ਹੈ, ਜੀਵਾ ਉਹਨਾਂ ਦੇ ਕੋਲੇ ਵੀ ਹੈ, ਕੰਨ ਉਹਨਾਂ ਦੇ ਕੋਲੇ ਵੀ ਹੈ, ਜਿੰਦਲ ਕਿਹਾ ਕਰਦੇ ਸੀ, ਕੀ ਕਹਿੰਦੇ ਸੀ, ਕਹਿੰਦੇ ਜੀਵਾ ਮਿਲੀ ਹੈ, ਪਰ ਜੀਵਾ ਦੇ ਨਾਲ ਮਿੱਠਾ ਬੋਲਣ ਦੀ, ਸਭ ਨਾਲ ਪ੍ਰੇਮ ਨਾਲ ਬੋਲਣ ਦੀ, ਸਭ ਨਾਲ ਚੰਗਾ ਬੋਲਣ ਦੀ ਇਹ ਤਾਕਤ ਪ੍ਰਮਾਤਮਾ ਕੇ, ਸਦਾ ਸਭ ਨਾਲ ਮਿੱਠਾ ਬੋਲਦਾ, ਹੱਸ ਕੇ ਬੋਲਦਾ, ਜੀਵਨ ਦੀ ਕੋਈ ਵੀ ਸਥਿਤੀ ਆ ਜਾਏ ਉਸ ਬੰਦੇ ਦੇ ਚਿਹਰੇ ਤੇ ਮੁਸਕਾਨ ਮਿਲੂਗੀ, ਤਾਂ ਤੁਸੀਂ ਬਾਬੂ ਜੀ ਦੀ ਬੇਨਤੀ, ਉਹਨਾਂ ਨੇ ਜੀਵਨ ਨੂੰ ਬਿਤਾਇਆ ਨਹੀਂ ਹੈ ਸੋਹਣੇ ਢੰਗ ਦੇ ਨਾਲ, ਉਹਨੇ ਆਪਣੀ ਜ਼ਿੰਦਗੀ ਨੂੰ ਜੇ ਕਰਕੇ ਦਿਖਾਇਆ, ਲਗਭਗ 85 ਸਾਲ ਦੀ ਉਹਨਾਂ ਦੀ ਜ਼ਿੰਦਗੀ ਸੰਪੂਰਨ ਕਾਰ ਹੈ। ਮਾਲਿਕ ਨੂੰ ਇੱਕ ਗੱਲ ਕਿਹਾ ਕਰੋ ਕਿ ਮਾਲਿਕ, ਤੂੰ ਅੱਖਾਂ ਮੈਨੂੰ ਦਿੱਤੀਆਂ ਨੇ, ਪਰ ਅੱਖਾਂ ਦੇ ਨਾਲ ਉਹ ਸ਼ਕਤੀ ਮੈਨੂੰ ਕਦੋਂ ਦੇਗਾ, ਜਦੋਂ ਮੈਂ ਸਵੇਰੇ ਉੱਠ ਕੇ ਗੁਰੂ ਮਹਾਰਾਜ ਦੇ ਦਰਸ਼ਨ ਕਰਾਂ, ਇਹਨਾਂ ਅੱਖਾਂ ਦੇ ਨਾਲ ਮੈਂ ਗ੍ਰੰਥਾਂ ਨੂੰ ਪੜ੍ਹਿਆ ਕਰਾਂ, ਜੇ
ਸਕਦੀ ਹੈ ਪਰ ਜੀਵਾ ਦੇ ਨਾਲ ਬੋਲੋ ਨਿੰਦਾ ਇਨਸਾਨ ਕਰ ਸਕਦਾ ਹੈ ਝੂਠ ਬੋਲ ਸਕਦਾ ਚੁਗਲੀ ਕਰ ਸਕਦਾ ਬੁਰਾਈ ਕਰ ਸਕਦਾ ਪਰ ਇਸ ਜੀਵਾ ਤੋਂ ਰਾਮ ਦਾ ਨਾਮ ਇਸ ਜੀਵਾ ਤੋਂ ਗੁਰੂਆ ਦੀ ਬਾਣੀ ਇਸ ਜੀਵਾ ਤੋਂ ਸ਼ਬਦ ਕੀਰਤਨ ਸਾਧਸੰਗ ਕੋਈ ਕੋਈ ਜੀਵਾ ਹੀ ਕਰਦੀ ਹੈ ਹਰ ਜੀਵ ਪਰਮਾਤਮਾ ਦਾ ਨਾਮ ਨਹੀਂ ਲੈ ਸਕਦੀ ਹੱਥ ਸਭ ਨੂੰ ਮਿਲਦੇ ਹੈ ਹੱਥ ਪਰਮਾਤਮਾ ਨੂੰ ਪਰਮਾਤਮਾ ਨੇ ਸਭ ਨੂੰ ਦਿੱਤੇ ਹੈ ਪਰ ਕੋਈ ਕੋਈ ਹੱਥ ਦਾਨ ਕਰਦਾ ਸੇਵਾ ਕਰਦਾ ਭਲਾਈ ਦੇ ਕੰਮ ਕਰਦਾ ਚੰਗੇ ਕੰਮ ਕਰਦਾ ਕੰਨ ਪਰਮਾਤਮਾ ਸਭ ਨੂੰ ਦਿੰਦਾ ਹੱਥ ਪੈਰ ਵੇਤੇ ਇਹ ਮੈਂ ਨਹੀਂ ਕਹਿ ਰਿਹਾ ਸਵੇਰੇ ਵੀ ਖਾਣਾ ਔਰ ਸ਼ਾਮ ਨੂੰ ਵੀ ਬੋਲੋ ਖਾਣਾ ਉਸ ਮਨ ਨੂੰ ਵੀ ਉਸ ਮਨ ਨੂੰ ਵੀ ਜ਼ਰੂਰਤ ਹੈ ਮਨ ਦੀ ਖੁਰਾਕ ਕੀ ਹੈ ਮਨ ਦੀ ਖੁਰਾਕ ਹੈ ਕੀਰਤਨ ਮਨ ਦੀ ਖੁਰਾਕ ਹੈ ਕੀਰਤਨ ਅੱਜ ਬੰਦੇ ਕੋਲੇ ਦੇਖ ਲਓ ਸਭ ਕੁਛ ਸਭ ਤੋਂ ਪਹਿਲੇ ਤੋਂ ਜ਼ਿਆਦਾ ਹੋ ਚੁੱਕਿਆ ਹੈ ਪਰ ਲੋਕ ਸਾਡੇ ਕੋਲੇ ਆਉਂਦੇ ਹੈ ਕਹਿੰਦੇ ਬਣ ਜੀ ਮਨ ਬਹੁਤ ਬੇਚੈਨ ਹੈ ਮਨ ਕਿੱਥੇ ਲੱਗਦਾ ਨੀ ਮਨ ਪਰੇਸ਼ਾਨ ਰਹਿੰਦਾ ਕਮਜ਼ੋਰ ਹੋ ਰਿਹਾ ਕਹਿੰਦੇ ਬਣ ਜੀ ਮਨ ਨੂੰ ਖਾਣਾ ਕਿਸ ਤਰ੍ਹਾਂ ਦੇਣਾ ਚਾਹੀਦਾ ਤੇ ਮੈਂ ਤਰ੍ਹਾਂ ਸਰੀਰ ਨੂੰ ਦੋ ਵਕਤ ਖਾਣਾ ਚਾਹੀਦਾ ਉਸ ਤਰ੍ਹਾਂ ਮਨ ਨੂੰ ਵੀ ਖਾਣਾ ਦਿਓ ਸਵੇ ਵੀ ਸ਼ਾਮ ਨੂੰ ਵੀ ਕਹਿੰਦੇ ਬਣ ਜੀ ਸਮਝ ਨੀ ਆਈ ਮੈਂ ਉਹਨੂੰ ਸਮਝਾਇਆ ਮੈਂ ਕਿਹਾ ਦੇਖ ਸਵੇ ਉੱਠ ਕੇ ਸਭ ਤੋਂ ਪਹਿਲੀ ਗੱਲ ਉਸ ਮਾਲਕ ਦੇ ਨਾਲ ਕਰਿਆ ਕਰ ਸਵੇਰੇ ਉੱਠਦਾ ਸਭ ਤੋਂ ਪਹਿਲੇ ਆਖਰੀ ਗੱਲ ਵੀ ਉਸ ਮਾਲਕ ਦੇ ਨਾਲ ਕਰਕੇ ਸੋਣਾ ਕੀ ਨਿਯਮ ਲੈਣਾ ਕਹਿੰਦੇ ਪਹਿਲੀ ਗੱਲ ਵੀ ਉਹਦੇ ਨਾਲ ਕਰਕੇ ਸੋਣਾ ਤਾਂ ਕੀ ਹੋ ਜਾਏਗਾ ਕਹਿੰਦੇ ਜੀਵਨ ਸੁੰਦਰ ਬਣ ਜਾਏਗਾ ਜੀਵਨ ਆਪਣਾ ਅੱਛਾ ਹੋ ਜਾਏਗਾ ਇੱਕ ਅੱਛਾ ਇਨਸਾਨ ਬਣ ਜਾਏਗਾ ਕਿਤੇ ਜ਼ਿਆਦਾ ਨਹੀਂ ਤਾਂ 24 ਮਿੰਟ ਜ਼ਰੂਰ ਕੱਢੋ 24 ਘੰਟੇ ਸਵੇਰੇ ਉਸ ਮਾਲਕ ਦੇ ਨਾਲ ਗੱਲ ਕਰੋ ਔਰ 12 ਮਿੰਟ ਸ਼ਾਮ ਨੂੰ ਉਸ ਮਾਲਕ ਨਾਲ ਬਾਰਾਂ ਸਵੇਰ ਐਨਰਜੀ ਮਿਲੂਗੀ ਕਹਿੰਦੇ ਤੁਸੀਂ ਦੇਖ ਲਓ ਤੁਹਾਡੇ ਕੋਲੇ ਮੋਬਾਈਲ ਹੈ ਮੋਬਾਈਲ ਹੈ ਨਾ 24 ਘੰਟੇ ਤੁਸੀਂ ਵਰਤਦੇ ਹੋ ਕੰਮ ਲੈਂਦੇ ਹੋ ਪਰ ਤੁਸੀਂ ਦੱਸੋ ਅੱਧਾ ਘੰਟਾ ਆਪਣੇ ਤੋਂ ਦੂਰ ਕਰਕੇ ਕੀ ਕਰਦੇ ਹੋ ਸੁਣੋ ਚਾਰਜਿੰਗ ਤੇ ਲਾ ਦਿੰਦੇ ਬੋਲੋ ਲਾਉਂਦੇ ਹੋ ਕਿ ਨਹੀਂ ਇੱਕ ਦਿਨ ਚਾਰਜਿੰਗ ਤੇ ਲਾ ਲਓ ਤੁਸੀਂ ਔਰ 24 ਘੰਟੇ ਕੰਮ ਲੈ ਲਓ 24 ਘੰਟੇ ਬਾਅਦ ਉਹ ਬੰਦ ਹੋ ਜਾਏਗਾ ਫਿਰ ਉਸਦੇ ਕਹਿੰਦੇ ਵੀ ਹੱਥ ਜੋੜ ਲਓ ਕਿੰਨੀ ਵੀ ਵਾਜਾ ਮਾਰ ਦੋ ਕਿ ਤੂੰ ਚਾਲੂ ਹੋ ਜਾ ਤੂੰ ਔਨ ਹੋ ਜਾ ਬੋਲੇ ਔਨ ਹੋਊਗਾ ਔਨ ਹੋ ਨਹੀਂ ਸਕਦਾ ਕਰਨਾ ਪਊਗਾ ਕਿ ਉਸ ਨੂੰ ਜੋੜਨਾ ਪਊਗਾ ਚਾਰਜਿੰਗ ਦੇ ਨਾਲ ਕਹਿੰਦੇ ਮਨ ਵੀ ਚਾਰਜ ਹੋਵੇਗਾ ਪਰ ਕਦੋਂ ਜਦੋਂ ਆਪਣਾ ਮਨ ਉਸ ਪਰਮਾਤਮਾ ਦੇ ਨਾਲ ਜੁੜ ਜਾਏਗਾ ਤਾਂ ਹੀ ਆਪਾਂ ਕਹਿੰਦੇ ਹਾਂ ਜਿਹੜੀ ਚੀਜ਼ ਵਿੱਚ ਆਪਾਂ ਬੈਠੇ ਆ ਇਸ ਦਾ ਨਾਮ ਹੈ ਸਤ ਸੰਗ ਸੰਗ ਕਰ ਲੋ ਕਿਸ ਦਾ ਸਤ ਦਾ ਤੇ ਮਾਨ ਜੀ ਵੇਦ ਪ੍ਰਕਾਸ਼ ਜੀ ਜੰਦਰ ਸਾਹਿਬ ਕਹਿੰਦੇ ਸੀ ਕੀ ਕਹਿੰਦੇ ਸੀ ਕਹਿੰਦੇ ਸਵਰਗ ਕੀ ਹੈ ਕਹਿੰਦੇ ਨਾ ਸਵਰਗ ਉੱਪਰ ਹੈ ਔਰ ਨਾ ਹੀ ਨਰਕ ਉੱਪਰ ਹੈ ਕਿਸੇ ਨੇ ਪੁੱਛ ਲਿਆ ਕਹਿੰਦੇ ਫਿਰ ਸਵਰਗ ਨਰਕ ਹੈ ਕਿੱਥੇ ਤੇ ਵੇਦ ਪ੍ਰਕਾਸ਼ ਜੀ ਜੰਦਰ ਸਾਹਿਬ ਕਿਹਾ ਕਰਦੇ ਸੀ ਕਹਿੰਦੇ ਸਵਰਗ ਵੀ ਨੀਚੇ ਹੈ ਔਰ ਨਰਕ ਵੀ ਥੱਲੇ ਹੈ ਕਿਸੇ ਨੇ ਬਾਬੂ ਜੀ ਦੇ ਕੋਲ ਪੁੱਛਿਆ ਕਹਿੰਦੇ ਕਿੱਥੇ ਹੈ ਤੇ ਵੇਦ ਪ੍ਰਕਾਸ਼ ਜੀ ਜਿੰਦਰ ਸਾਹਿਬ ਕਹਿੰਦੇ ਘਰ ਨੂੰ ਹੀ ਸਵਰਗ ਕਹਿੰਦੇ ਹੈ ਔਰ ਘਰ ਨੂੰ ਹੀ ਨਰਕ ਕਹਿੰਦੇ ਹੈ ਕਹਿੰਦੇ ਜਿਸ ਘਰ ਦੇ ਵਿੱਚ ਵੱਡਿਆਂ ਦਾ ਮਾਣ ਹੋਵੇ ਜਿਸ ਘਰ ਦੇ ਵਿੱਚ ਆਪਸ ਵਿੱਚ ਪ੍ਰੇਮ ਹੋਵੇ ਜਿਸ ਘਰ ਦੇ ਵਿੱਚ ਵੱਡਿਆਂ ਦਾ ਸਤਿਕਾਰ ਹੋਵੇ ਉਹ ਘਰ ਸਵਰਗ ਹੈ ਔਰ ਕਹਿੰਦੇ ਜਿਸ ਘਰ ਦੇ ਵਿੱਚ ਵੱਡਿਆਂ ਦਾ ਮਾਣ ਨਾ ਹੋਵੇ ਉਹਨਾਂ ਦੇ ਸ਼ਬਦਾਂ ਦੀ ਇੱਜ਼ਤ ਨਾ ਹੋਵੇ ਉਹ ਘਰ ਨਰਕ ਹੈ ਔਰ ਵੇਦ ਪ੍ਰਕਾਸ਼ ਜੀ ਕਹਿੰਦੇ ਸੀ ਉਹ ਸਵਰਗ ਨੂੰ ਨਾ ਚਾਹੋ ਪਹਿਲੇ ਘਰ ਨੂੰ ਸਵਰਗ ਬਣਾ ਲਓ ਤੁਹਾਡਾ ਜੀਵਨ ਸਫਲ ਹੋ ਜਾਏਗਾ ਜੋ ਜੀਵਨ ਆਪਾਂ ਨੂੰ ਦਿੱਤਾ ਵੇਦ ਪ੍ਰਕਾਸ਼ ਜੀ ਜਿੰਦਰ ਸਾਹਿਬ ਕਹਿੰਦੇ ਸੀ ਸਾਡਾ ਹੀ ਉਹਨਾਂ ਦੇ ਪਰਿਵਾਰ ਨੇ ਮੈਨੂੰ ਦੱਸਿਆ ਉਹਨਾਂ ਦੇ ਬੱਚੇ ਬੇਟੇ ਬੈਠੇ ਹੈ ਕਹਿੰਦੇ ਪੰਡਿਤ ਸਾਹਿਬ ਪਿਤਾ ਜੀ ਕਹਿੰਦੇ ਸੀ ਬੰਦੇ ਨੂੰ ਕਿੰਨੀ ਉਮਰ ਮਿਲੀ ਇਸ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਕੀ ਕਹਿੰਦੇ ਸੀ ਉਹ ਕਿਹਾ ਕਰਦੇ ਸੀ ਬੰਦਾ ਆਪਣੀ ਜ਼ਿੰਦਗੀ ਨੂੰ ਕਿਸ ਤਰ੍ਹਾਂ ਜੀ ਰਿਹਾ ਕਿਸ ਤਰ੍ਹਾਂ ਬਿਤਾ ਰਿਹਾ ਸਾਰਾ ਫਰਕ ਇਸ ਗੱਲ ਨਾਲ ਪੈਂਦਾ ਤੁਸੀਂ ਦੇਖੋ ਕਹਿੰਦੇ ਬੰਦਾ ਜਦੋਂ ਪੂਰਾ ਹੋ ਜਾਂਦਾ ਗੁਜ਼ਰ ਜਾਂਦਾ ਉਸ ਬੰਦੇ ਦੀ ਅਸਥੀਆਂ ਨੂੰ ਲੈ ਕੇ ਜਦੋਂ ਆਪਾਂ ਪ੍ਰਵਾਹਿਤ
ਵਿਸਰਜਿਤ ਕਰਨ ਵਾਸਤੇ ਲੈ ਜਾਂਦੇ ਆ, ਤਾਰਨ ਵਾਸਤੇ ਲੈ ਜਾਂਦੇ ਆ, ਔਰ ਸਾਹਮਣੇ ਵਾਲਾ ਪੁੱਛਦਾ ਕਹਿੰਦੇ ਕੀ ਲੈ ਕੇ ਜਾ ਰਹੇ ਹੋ, ਤੇ ਆਪਾਂ ਕੀ ਕਹਿੰਦੇ ਹਾਂ ਬੋਲੋ, ਫੁੱਲ ਲੈ ਕੇ ਜਾ ਰਹੇ ਆ, ਕੀ ਕਹਿੰਦੇ ਆ ਬੋਲੋ, ਫੁੱਲ ਲੈ ਕੇ ਜਾਈ ਜਾਂਦੇ ਆ। ਤੁਸੀਂ ਵਿਚਾਰ ਕਰੋ, ਜਿੰਦੇ ਜੀ ਆਦਮੀ ਦੇ ਸਰੀਰ ਨੂੰ ਕਿਸੇ ਨੇ ਫੁੱਲ ਨਹੀਂ ਕਿਹਾ, ਪਰ ਉਸ ਬੰਦੇ ਦੇ ਪ੍ਰਾਣ ਨਿਕਲਣ ਤੋਂ ਬਾਅਦ ਉਸ ਬੰਦੇ ਦੀ ਅਸਥੀਆਂ ਨੂੰ ਕੀ ਕਿਹਾ ਗਿਆ ਬੋਲੋ, ਫੁੱਲ ਕਿਹਾ ਗਿਆ। ਸਮਝੋ ਫੁੱਲ ਕਿਉਂ ਕਹਿੰਦੇ ਨੇ, ਇਹੀ ਬਾਰਾਂ ਚ ਸਮਝਾਇਆ ਗਿਆ, ਇਹੀ ਇਸ ਚੀਜ਼ ਦਾ ਮਤਲਬ ਹੈ ਕਿ ਇਨਸਾਨ ਜੋ ਜੀਵਨ ਤੈਨੂੰ ਮਿਲਿਆ, ਇਹ ਫੁੱਲਾਂ ਦੀ ਤਰ੍ਹਾਂ ਜੀਵਨ ਬਿਤਾਉਣ ਨੂੰ ਮਿਲਿਆ, ਜੋ ਜੀਵਨ ਤੈਨੂੰ ਮਿਲਿਆ ਆਪਣੇ ਜੀਵਨ ਦੇ ਵਿੱਚ, ਆਪਣੇ ਸੁਭਾਅ ਦੀ ਸੁਗੰਧ, ਆਪਣੇ ਪਿਆਰ ਦੀ ਮਹਿਕ, ਆਪਣੇ ਸੁਭਾਅ ਦੀ ਮਹਿਕ ਸਭ ਦੇ ਵਿੱਚ ਬਿਖੇਰਦੀ ਹੈ। ਇੱਥੇ ਲਾਲ ਹੈ ਉੱਥੇ ਕੰਡੇ ਲੱਗਦੇ ਹੈ, ਉੱਥੇ ਫੁੱਲ ਲੱਗਦੇ ਹੈ। ਨਜ਼ਰ ਮਾਰੋ, ਫੁੱਲ ਦੀ ਉਮਰ ਘੱਟ ਹੈ, ਕਾਂਟੇ ਕੀ ਉਮਰ ਬੋਲੋ ਜ਼ਿਆਦਾ ਹੈ। ਪਰ ਇਹ ਵੀ ਦੇਖੋ, ਫੁੱਲ ਕੇ ਕਾਮ ਅੱਛੇ ਹੈ ਔਰ ਕਾਂਟੇ ਕੇ ਕਾਮ ਆਸੂ ਦੇਣਾ, ਪੀੜਾ ਦੇਣਾ, ਚੁਭਣ ਦੇਣਾ, ਕਸ਼ਟ ਦੇਣਾ। ਫੁੱਲ ਦੀ ਉਮਰ ਇੱਕ ਰਾਤ ਦੀ ਹੈ ਔਰ ਕਾਂਟੇ ਦੀ ਉਮਰ ਕਈ ਉਮਰ ਦੀ ਹੈ। ਪਰ ਦੇਖੋ, ਕਿਸੇ ਨੂੰ ਪੁੱਛਿਆ ਜਾਵੇ, ਪੌਦਾ ਲੱਗਿਆ ਗੁਲਾਬ ਦਾ, ਇੱਕ ਫੁੱਲ ਹੈ, ਥੱਲੇ ਦਸ ਕਾਂਟੇ ਹੈ, ਦਸ ਕਾਂਟੇ ਹੈ, ਔਰ ਕਿਸੇ ਨੂੰ ਪੁੱਛੋ ਇੱਕ ਫੁੱਲ ਔਰ ਦਸ ਕਾਂਟੇ, ਮੈਜੋਰਿਟੀ ਜ਼ਿਆਦਾ ਕਾਂਟਿਆਂ ਦੀ ਹੋਗੀ। ਕਿਸੇ ਨੂੰ ਪੁੱਛਿਆ ਜਾਵੇ ਇਹ ਪੇੜ ਕਿਸਕਾ ਹੈ, ਪੌਦਾ ਕਿਸਕਾ ਹੈ, ਤੇ ਕੀ ਕਹਾਂਗੇ ਬੋਲੋ, ਗੁਲਾਬ ਦਾ, ਫੁੱਲਾਂ ਦਾ ਪੌਦਾ। ਕੋਈ ਇਹ ਨਹੀਂ ਕਹਿੰਦਾ ਕਾਂਟੋ ਦਾ ਪੌਦਾ ਹੈ, ਕਹਿੰਦੇ ਫੁੱਲੋਂ ਦਾ ਪੌਦਾ ਹੈ। ਕਿਉਂ? ਕਾਮ ਵੀ ਅੱਛੇ ਹੈ, ਜੀਵਨ ਵੀ ਅੱਛਾ ਹੈ। ਐਸੇ ਵੀ ਸਾਡੇ ਸਵਰਗੀ ਸ਼੍ਰੀ ਵੇਦ ਪ੍ਰਕਾਸ਼ ਜੀ ਜੰਦਰ ਸਾਹਿਬ ਕਿਹਾ ਕਰਦੇ ਸੀ ਸਦਾ, ਕਿ ਜੋ ਜੀਵਨ ਮਿਲਾ ਹੈ ਉਸ ਜੀਵਨ ਨੂੰ ਫੁੱਲਾਂ ਦੀ ਤਰ੍ਹਾਂ ਆਪਣੇ ਪਿਆਰ ਦੀ, ਆਪਣੇ ਪ੍ਰੇਮ ਦੀ ਸੁਗੰਧ ਜੋ ਹੈ ਸਭ ਦੇ ਵਿੱਚ ਬਿਖੇਰਦੀ। ਜਦੋਂ ਮੈਂ ਲਿਖਣ ਲੱਗਿਆ ਪਰਿਵਾਰ ਦੇ ਬਾਰੇ, ਤਾਂ ਕਹਿਣ ਲੱਗੇ ਪਰਿਵਾਰ ਨੇ ਐਸਾ ਪਿਆਰ ਆਪਣੇ ਸਭ ਦੇ ਨਾਲ ਪਾਇਆ। ਤਾਂ ਮੈਨੂੰ ਦੱਸਿਆ ਗਿਆ, ਕਹਿੰਦੇ 34 ਸਾਲ ਲਗਭਗ ਮਾਤਾ ਜੀ ਪੰਚਾਇਤ ਦੇ ਮੈਂਬਰ ਸਾਰਾ ਸੰਪਤੀ ਦੇ ਸਮਰਥੀ ਦੇ ਨਾਲ ਬਣਾਏ ਗਏ 34 ਸਾਲ ਤੱਕ ਆਪਣੇ ਪਰਿਵਾਰ ਨੂੰ ਇੱਕ ਜੁੱਟ ਰੱਖਿਆ, ਆਪਣੇ ਜੀਵਨ ਨੂੰ ਸੁੰਦਰ ਬਣਾਇਆ, ਫੁੱਲਾਂ ਦੀ ਤਰ੍ਹਾਂ ਆਪਣੇ ਜੀਵਨ ਨੂੰ ਬਿਤਾ ਕੇ ਗਏ। ਐਸੇ ਵਾਸਤੇ ਹੀ ਅਸੀਂ ਸਾਰਾ ਸਮਝਾਉਂਦੇ ਹਾਂ। ਲੋਕ ਸਾਡੇ ਕੋਲ ਆਉਂਦੇ ਹੈ, ਕਹਿੰਦੇ ਪੰਡਿਤ ਜੀ ਸਾਨੂੰ ਦੱਸੋ ਸਾਡੀ ਜ਼ਿੰਦਗੀ ਦੇ ਬਾਰੇ, ਦੱਸੋ ਸਾਡੇ ਕੋਈ ਗ੍ਰਹਿ ਚੱਲ ਰਹੇ ਕਿ ਨਹੀਂ ਚੱਲ ਰਿਹਾ, ਤਾਂ ਅਸੀਂ ਉਹਨਾਂ ਨੂੰ ਸਮਝਾਉਂਦੇ ਹਾਂ। ਦੇਖੋ, ਦਿਨ ਹਫ਼ਤੇ ਦੇ ਵਿੱਚ 7 ਹੈ, ਕਿਹੜੇ ਦਿਨ ਹੈ ਬੋਲੋ, 7 ਦਿਨ ਹੈ। ਕਿਸੇ ਦਾ ਕੋਈ ਨਾ ਕੋਈ ਦਿਨ ਖਰਾਬ ਹੁੰਦਾ ਹੀ ਹੈ, ਔਰ ਉਹ ਪੁੱਛਦਾ ਵੀ ਮੇਰਾ ਦਿਨ ਖਰਾਬ ਹੈ। ਪਰ ਤੁਸੀਂ ਦੇਖੋ, ਸਾਰੇ ਗ੍ਰੰਥ ਲਿਖਦੇ ਹੈ, ਕਹਿੰਦੇ ਵਾਰ 7 ਹੈ, ਵਾਰ ਕਿਵੇਂ ਹੈ, 7 ਹੈ, ਪਰ ਨਹੀਂ, ਇੱਕ 8ਵਾਂ ਵੀ ਵਾਰ ਹੈ। ਉਹ ਵਾਰ ਕਿਹੜਾ? ਵੇਦ ਪ੍ਰਕਾਸ਼ ਜੀ ਜਨਰਲ ਸਾਹਿਬ ਆਪਣੇ ਬੱਚਿਆਂ ਨੂੰ ਸਕੂਲ ਵਿੱਚ ਪੜ੍ਹਨ ਵਾਲਿਆਂ ਨੂੰ ਸਮਝਾਇਆ ਕਰਦੇ ਸੀ, ਉਹਨਾਂ ਦੇ ਦੁਆਰਾ ਪੜ੍ਹੇ ਹੋਏ। ਇੱਕ ਬੱਚੇ ਉਹਨਾਂ ਦੇ ਯਾਰ ਸੀ, ਸਟੂਡੈਂਟ ਨੇ ਮੈਨੂੰ ਇਹ ਗੱਲ ਦੱਸੀ, ਬੈਠੇ ਵੀ ਨੇ, ਉਹਨਾਂ ਨੇ ਸਮਝਾਇਆ, ਕਹਿੰਦੇ ਪੰਡਿਤ ਜੀ ਉਹ ਸਾਡਾ ਪਰਿਵਾਰ ਤੇ ਵਰਤਮ ਦਿੰਦੇ ਸੀ, ਪਰਿਵਾਰ ਨੂੰ ਕੰਪਿਊਟਰ ਰੱਖਣ ਦੇ ਕਹਿੰਦੇ ਸੀ, ਉਹ ਕਹਿੰਦੇ ਸੀ 7 ਵਾਰ ਹੈ, ਇੱਕ 8ਵਾਂ ਵੀ ਵਾਰ ਹੈ, ਪਰਿਵਾਰ। ਕਹਿੰਦੇ ਜਿਸਦਾ ਪਰਿਵਾਰ ਠੀਕ ਹੈ ਉਸਦਾ ਸੋਮਵਾਰ ਵੀ ਠੀਕ ਹੈ, ਜਿਸਦਾ ਪਰਿਵਾਰ ਠੀਕ ਹੈ ਉਸਦਾ ਮੰਗਲਵਾਰ ਵੀ ਠੀਕ ਹੈ, ਜਿਸਦਾ ਪਰਿਵਾਰ ਠੀਕ ਹੈ ਉਸਦਾ ਬੁੱਧਵਾਰ ਵੀ ਠੀਕ ਹੈ, ਜਿਸਦਾ ਪਰਿਵਾਰ ਠੀਕ ਹੈ ਉਸਦਾ ਵੀਰਵਾਰ ਵੀ ਠੀਕ ਹੈ, ਔਰ ਕਹਿੰਦੇ ਜਿਸਦਾ 8ਵਾਂ ਵਾਰ ਖਰਾਬ ਹੈ ਉਸ ਬੱਚੇ ਦੇ ਸਾਰੇ ਦੇ ਸਾਰੇ ਵਾਰ ਵੀ ਖਰਾਬ ਹੈ। ਸੋ ਕਹਿੰਦੇ ਨੇ ਉਸ ਮਹਾਨ ਪਵਿੱਤਰ ਆਤਮਾ ਨੇ, ਉਸ ਅੱਛੀ ਸ਼ਖਸੀਅਤ ਨੇ ਲਗਭਗ 84.5 ਸਾਲ ਆਪਣੇ ਜੀਵਨ ਨੂੰ ਜੀਆ, ਔਰ ਸਿੱਖਿਆ ਦੇ ਖੇਤਰ ਦੇ ਵਿੱਚ ਸੰਪੂਰਨ ਪਰਿਵਾਰ ਬਿਲਕੁਲ ਐਜੂਕੇਟਿਡ ਹੈ, ਸ਼ਿਕਸ਼ਿਤ ਹੈ, ਔਰ ਕਹਿੰਦੇ ਨੇ ਸੰਪੂਰਨ ਪਰਿਵਾਰ ਬੜੀ ਲੜਾਈ ਪਹਿਲੇ ਨਾਲ ਬੋਲਣ ਵਾਲਾ। ਜਦੋਂ ਅੱਜ ਸਵੇਰੇ ਅਸੀਂ ਚੱਲੇ ਬਠਿੰਡਾ ਤੋਂ, ਤੇ ਪਰਿਵਾਰ ਦਾ ਫੋਨ ਸਾਡੇ ਕੋਲ ਗਿਆ, ਕਹਿੰਦੇ ਪੰਡਿਤ ਜੀ ਤੁਸੀਂ ਕਿੰਨੇ ਵਜੇ ਤੱਕ ਪਹੁੰਚੋਗੇ? ਮੈਂ ਕਹਿੰਦੇ ਸੀ ਲਗਭਗ 11 ਵਜੇ ਤੱਕ ਪਹੁੰਚ ਜਾਂਗੇ ਸੰਗਰੂਰ, ਅੱਗੇ ਵੀ ਆ ਜਾਂਗੇ। ਕਹਿੰਦੇ ਨਹੀਂ ਨਹੀਂ ਪੰਡਿਤ ਜੀ, ਤੁਹਾਨੂੰ ਅੱਗੇ ਆਉਣ ਦੀ ਲੋੜ ਨਹੀਂ, ਤੁਸੀਂ ਸੰਗਰੂਰ ਪਹੁੰਚਣ
ਤੋਂ 10 ਮਿੰਟ ਪਹਿਲੇ ਸਾਨੂੰ ਕਾਂਟੇ ਦੇ ਰਿਹਾ ਜੀ, ਅਸੀਂ ਪਹੁੰਚ ਜਾਾਂਗੇ। ਔਰ ਦੇਖੋ ਤੁਸੀਂ 10 ਮਿੰਟ ਪਹਿਲੇ ਇੰਤਜ਼ਾਰ ਕਰਦੇ ਮਿਲੇ, ਔਰ ਜਦੋਂ ਇੱਥੇ ਅਸੀਂ ਪਹੁੰਚੇ, ਆਨੰਦ ਬੇਟੇ ਸੁਸ਼ੀਲ ਜਿੰਦਲ ਜੀ ਔਰ ਰਜੀਵ ਜਿੰਦਲ ਜੀ ਬੈਠੇ ਨੇ। ਜਦੋਂ ਭੰਡਾਰਾ ਲੰਗਰ ਖਾਣਾ ਸ਼ੁਰੂ ਕਰਨ ਲੱਗੇ, ਮੈਂ ਵੇਖਦਾ ਸੀ ਕਹਿੰਦੇ ਪੜ ਜੀ ਲੰਗਰ ਸ਼ੁਰੂ ਹੋ ਚੁੱਕਿਆ ਹੈ, ਤੁਸੀਂ ਇਜਾਜ਼ਤ ਲਿਓ, ਤੁਹਾਡੇ ਵਾਸਤੇ ਇੱਥੇ ਪਾ ਕੇ ਲਿਆਈਏ। ਲੇਕਿਨ ਨਹੀਂ ਜੀ, ਇੰਨਾ ਹੀ ਮਾਣ ਬਹੁਤ ਹੈ, ਤੁਸੀਂ ਮੈਨੂੰ ਪੁੱਛਿਆ, ਲੇਕਿਨ ਅਸੀਂ ਉੱਥੇ ਤਲ ਕੇ ਖਾਵਾਂਗੇ। ਸੋ ਐਸੇ ਸੰਸਕਾਰ ਦੇ ਕਰਕੇ ਗਏ ਨੇ, ਐਸਾ ਪਿਆਰ ਬੱਚਿਆਂ ਨੂੰ ਐਸੀ ਸਿੱਖਿਆ ਦੇ ਕਰਕੇ ਗਏ ਨੇ। ਕਹਿੰਦੇ ਨੇ ਮਾਲੀ ਦੀ ਅੱਖਾਂ ਦੇ ਸਾਹਮਣੇ ਕਹਿੰਦੇ ਕੋਈ ਪਿਤਾ ਆਪਣੇ ਬੱਚਿਆਂ ਨੂੰ ਪੈਸੇ ਦੇ ਕੇ ਜਾਂਦਾ, ਕੋਈ ਮਕਾਨ ਦੇ ਕੇ, ਕੋਈ ਜ਼ਮੀਨ ਜਾਇਦਾਦ ਦੇ ਕੇ ਜਾਇਆ ਕਰਦਾ, ਪਰ ਕੋਈ ਮਹਾਨ ਪਵਿੱਤਰ ਜੀਵਾਤਮਾ ਆਦਰਸ਼ਵਾਦੀ ਅੱਛਾ ਜੀਵਨ ਜੀਣ ਵਾਲਾ ਆਪਣੇ ਬੱਚਿਆਂ ਨੂੰ, ਆਪਣੇ ਸੰਤਾਨ ਨੂੰ, ਪਰਿਵਾਰ ਨੂੰ, ਔਰ ਚਾਣਕਿਆ ਵੀ ਲਿਖਦੇ ਨੇ, ਕਹਿੰਦੇ ਨੇ ਪਰਿਵਾਰ ਨੂੰ ਕੁਛ ਦੇਣਾ ਪੈਸੇ ਨਾ ਦਿਓ, ਕਿਉਂ? ਕਹਿੰਦੇ ਅਗਰ ਅੱਛਾ ਹੋਗਾ ਬੇਟਾ ਆਪਣੇ ਆਪ ਹੀ ਬੋਲੋ ਪੈਸੇ ਕਮਾ ਲੂਗਾ, ਆਪਣੇ ਆਪ ਹੀ ਜੁੜ ਲੇਗਾ। ਅਗਰ ਬੱਚਿਆਂ ਨੂੰ ਕੁਛ ਦੇ ਕੇ ਜਾਣਾ ਹੈ ਤਾਂ ਕਹਿੰਦੇ ਸੀ ਕਿ ਸੰਸਕਾਰ ਦੇ ਕੇ ਜਾਓ। ਔਰ ਮੈਂ ਮੰਚ ਤੋਂ ਵੀ ਕਹਿਣਾ ਕਿ ਜੇ ਸਾਡੇ ਆਪਣੇ ਮਾਵਾਂ ਦੀ ਸੇਵਾ ਕਰਨ ਲਈ 5 ਮਿੰਟ ਹੋਰ ਲਵਾਂਗਾ, ਮਾਵਾਂ ਦੀ ਸੇਵਾ ਦਾ ਕਿੰਨਾ ਵੱਡਾ ਫਲ ਹੋਇਆ ਕਰਦਾ। ਕਹਿੰਦੇ ਜਿਸ ਘਰ ਦੇ ਵਿੱਚ ਮਾਵਾਂ ਦੀ ਸੇਵਾ ਹੋਵੇ, ਜੋ ਬੰਦਾ ਆਪਣੇ ਬੱਚਿਆਂ ਦੀ ਬਜ਼ੁਰਗਾਂ ਦੀ ਸੇਵਾ ਕਰੇ, ਕਹਿੰਦੇ ਪਰਮਾਤਮਾ ਵੀ ਉਸ ਤੇ ਕਿਰਪਾ ਕਰਦਾ। ਕਹਿੰਦੇ ਨੇ ਇੱਕ ਕਥਾ, ਇੱਕ ਪਰਿਵਾਰ ਸੀ, ਬਾਬੂ ਜੀ ਪੂਰੇ ਹੋ ਗਏ, ਪਿਤਾ ਜੀ, ਤਿੰਨਾਂ ਦੇ ਬੇਟੇ ਸੀ। ਇੱਕ ਬੇਟਾ ਫੁੱਲ ਲੈ ਕੇ ਵਿਸਰਜਨ ਚ ਪ੍ਰਵਾਹਿਤ ਕਰਨ ਵਾਸਤੇ ਨਿਕਲ ਗਿਆ, ਬਾਕੀ ਦੋ ਬੇਟੇ ਰਹਿ ਗਏ। ਦੋਨੋਂ ਕਹਿੰਦੇ ਆਪਾਂ ਬੈਠ ਕੇ ਪਿਆਰ ਨਾਲ ਜੋ ਬਾਬੂ ਜੀ ਕਮਾ ਗਏ ਆਪਸ ਵਿੱਚ ਵੰਡ ਲਈਏ। ਦੋਨਾਂ ਨੇ ਬੈਠ ਕੇ ਵੰਡ ਲਿਆ। ਤੀਸਰਾ ਜਦੋਂ ਆਇਆ ਕਹਿੰਦੇ ਸੰਪਤੀ ਦਾ ਬਟਵਾਰਾ, ਕਹਿੰਦੇ ਬਿਨਾਂ ਲੜਾਈ ਬਿਨਾਂ ਝਗੜੇ ਤੋਂ ਅਸੀਂ ਦੋਨਾਂ ਨੇ ਬੈਠ ਕੇ ਵੰਡ ਲਿਆ। ਕਹਿੰਦੇ ਕੀ ਆਇਆ? ਕਹਿੰਦੇ ਇਸਦੇ ਹਿੱਸੇ ਘਰ ਆ ਗਿਆ, ਇੱਥੇ ਦੁਕਾਨ ਆ ਗਈ, ਇੱਥੇ ਇੰਨਾ ਪੈਸਾ, ਇੱਥੇ ਇੰਨਾ ਪੈਸਾ। ਔਰ ਤੀਸਰੇ ਨੇ ਪੁੱਛਿਆ, ਕਹਿੰਦੇ ਮੇਰੇ ਹਿੱਸੇ ਕੀ ਆਇਆ? ਤਾਂ ਉਹਨਾਂ ਨੇ ਮਾਂ ਦਾ ਹੱਥ ਫੜਿਆ, ਕਹਿੰਦੇ ਤੇਰੇ ਹਿੱਸੇ ਮਾਂ ਆਈ ਹੈ। ਪਰ ਉਸਨੇ ਬੁਰਾ ਨਹੀਂ ਮਿਲਿਆ, ਉਸਨੇ ਮਾਂ ਦਾ ਹੱਥ ਫੜਿਆ, ਲੈ ਗਿਆ ਕਿਰਾਏ ਤੇ ਦੁਕਾਨ, ਕਿਰਾਏ ਤੇ ਮਕਾਨ ਲੈ ਲਿਆ। ਸਵੇਰੇ ਉੱਠਦਾ ਸਭ ਤੋਂ ਪਹਿਲੇ ਮਾਂ ਦੇ ਕੋਲੇ ਜਾਂਦਾ, ਮਾਂ ਦੇ ਪੈਰ ਨਾਲ ਹੱਥ ਲਾ ਕੇ ਕਹਿੰਦਾ, ਮਾਂ ਤੂੰ ਮੈਨੂੰ ਆਸ਼ੀਰਵਾਦ ਦੇ, ਜੇ ਤੇਰਾ ਆਸ਼ੀਰਵਾਦ ਮੇਰੇ ਨਾਲ ਹੈ, ਦੁਨੀਆਂ ਦੀ ਕੋਈ ਵੀ ਤਾਕਤ ਮੇਰੇ ਰਸਤੇ ਬੰਦ ਨਹੀਂ ਕਰ ਸਕਦੀ, ਦੁਨੀਆਂ ਦੀ ਕੋਈ ਵੀ ਤਾਕਤ ਮੇਰੇ ਰਸਤੇ ਤੇ ਰੁਕਾਵਟ ਬਣ ਨਹੀਂ ਸਕਦੀ, ਕਿਉਂ? ਪ੍ਰਾਂਤ ਤੇ ਜਾਇਆ ਕਰਦਾ। ਪ੍ਰੇਮੀ ਥੋੜੇ ਦਿਨ ਬਾਅਦ ਐਸੀ ਬਰਕਤ ਪਈ, ਐਸੀ ਮਾਂ ਦਾ ਆਸ਼ੀਰਵਾਦ ਲੱਗਿਆ, ਉਸਦਾ ਕੰਮ ਫਤਿਆ, ਉਸਨੇ ਥੱਲੇ ਥੱਲੇ ਜਾਣ ਲੱਗ ਗਈ, ਘਰ ਵੀ ਚਲਾ ਗਿਆ, ਦੁਕਾਨ ਵੀ ਚਲੀ ਗਈ, ਵਪਾਰ ਚ ਵੀ ਘਾਟਾ ਪੈ ਗਿਆ। ਦੋਨੋਂ ਜਣੇ ਛੋਟੇ ਭਰਾ ਦੇ ਕੋਲੇ ਪਹੁੰਚੇ, ਕਹਿੰਦੇ ਵੀਰ ਜੀ, ਨਾ ਅਸੀਂ ਤੈਨੂੰ ਧਨ ਦਿੱਤਾ, ਨਾ ਕੋਈ ਦੁਕਾਨ, ਨਾ ਮਕਾਨ, ਕੁਛ ਵੀ ਨਹੀਂ ਦਿੱਤਾ, ਫਿਰ ਵੀ ਤੂੰ ਪਰਮਾਤਮਾ ਦੀ ਕਿਰਪਾ ਨਾਲ ਇੰਨਾ ਪੈਸਾ ਜੋੜ ਲਿਆ, ਇੰਨੇ ਮਕਾਨ ਬਣਾ ਲਏ, ਪਰ ਅਸੀਂ ਕਿਵੇਂ ਵਪਾਰ ਨੂੰ ਬਣਾ ਸਕਦਾ, ਚਲਾ ਸਕਦਾ? ਅਗਰ ਕੁਛ ਹੈ ਤਾਂ ਮੇਰੇ ਕੋਲੇ ਮੇਰੀ ਮਾਂ ਦਾ ਆਸ਼ੀਰਵਾਦ ਹੈ। ਉਸ ਬੱਚੇ ਨੇ ਇੰਨੀ ਗੱਲ ਕਹੀ, ਕਹਿੰਦਾ ਵੀਰ ਜੀ ਗੱਲ ਬਸ ਇੰਨੀ ਹੈ, ਕਿਸੇ ਕੇ ਹਿੱਸੇ ਘਰ ਆਇਆ, ਕਿਉਂਕਿ ਕਹਿੰਦਾ ਤੇਰੇ ਹਿੱਸੇ ਘਰ ਆਇਆ, ਕਿਸੇ ਦਾ ਸੀ ਨਾ ਪਾਕਾਂ ਨਾਲ ਮੇਰੇ ਹਿੱਸੇ ਮਾਂ ਬਾਪ ਦੀ ਸੇਵਾ ਆ ਗਈ। ਤਾਂ ਉਹ ਕਹਿੰਦਾ ਮਾਂ ਬਾਪ ਦੀ ਸੇਵਾ ਦਾ ਹੀ ਇਹ ਫਲ ਹੈ। ਕਹਿੰਦੇ ਬੇਟਾ ਜਦੋਂ ਬਾਹਰ ਜਾਵੇ ਕਿਸੇ ਕੋਲ ਪੁੱਛੇ ਕੀ ਲੈਣਾ, ਹਰ ਆਦਮੀ ਆਪਣੀ ਡਿਮਾਂਡ ਕਰ ਦੂਗਾ, ਮੇਰੇ ਵਾਸਤੇ ਇਹ ਲੈ ਆਈ, ਮੇਰੇ ਵਾਸਤੇ ਇਹ ਲੈ ਆਈ। ਔਰ ਜਦੋਂ ਉਹਨਾਂ ਦੇ ਬੱਚੇ ਹੀ ਹੈ, ਜਦ ਤੱਕ ਬੱਚੇ ਸ਼ਾਮ ਨੂੰ ਘਰੇ ਨਹੀਂ ਪਹੁੰਚਦੇ, ਉਹਨਾਂ ਦੀ ਅੱਖਾਂ ਦਰਵਾਜ਼ੇ ਤੇ ਹੀ ਰਹਿੰਦੀਆਂ ਨੇ। ਜਿਹਨਾਂ ਨੇ ਉਂਗਲ ਫੜ ਕੇ ਚੱਲਣਾ ਸਿਖਾਇਆ, ਜਿਹਨਾਂ ਨੇ ਖਾਣਾ ਖਿਲਾਇਆ, ਤਾਂ ਫਰਜ਼ ਬਣਦਾ ਹੈ। ਕਹਿੰਦੇ ਆਪਾਂ ਵੀ ਜ਼ਰੂਰ ਸਤਸੰਗ ਚ ਬੈਠੋ, ਕੁਛ ਨਾ ਕੁਛ ਸਿੱਖ ਕੇ ਜਾਣਾ ਚਾਹੀਦਾ, ਖਾਲੀ ਨੀ ਜਾਣਾ ਚਾਹੀਦਾ। ਦਿੱਤੀ ਹੈ ਅੱਗੇ ਅਸੀਂ ਅੱਛੀ ਜ਼ਿੰਦਗੀ ਨੂੰ ਸੇਵਾ ਤੇ ਸਮਰਪਣ ਤੇ ਸਦਭਾਵ ਤੇ ਲਾਈਏ। ਅਸੀਂ ਇਹੀ ਬੇਨਤੀ ਉਸ ਪਰਮ ਪਿਤਾ ਪ੍ਰਮਾਤਮਾ ਦੇ ਪੁੱਤਰ ਵਜੋਂ ਨੇਹੀ ਜੰਗਲ ਸੀਮਾ ਜੰਗਲ ਪੌਤੇ ਹਰੇਸ਼ ਵਿਸ਼ਾਲ ਵਿਕਾਸ ਬੇਟੀ ਔਰ ਉਹਨਾਂ ਦੇ
ਦਮਾਦ ਨਿਰਭੈ ਕੁਮਾਰ ਸ਼ਿਵਾਸ ਕਾਂਸਲ ਜੀ ਸੰਗਤ ਵੱਲੋਂ ਉਸ ਪਰਮ ਪਿਤਾ ਪਰਮਾਤਮਾ ਨੂੰ ਬੇਨਤੀ ਕਰਦੇ ਆ ਕਿ ਤੁਸੀਂ ਬੜੀ ਸ਼ਾਂਤੀ ਦੇ ਨਾਲ ਏਕਾਗਰਤਾ ਦੇ ਨਾਲ ਸਾਰੇ ਸੁਣਿਆ ਕਿ ਇਹ ਪਰਮ ਪਿਤਾ ਪਰਮਾਤਮਾ ਇੱਕ ਦਾ ਅਨੇਕ ਕਰਕੇ ਇੱਕ ਸ਼ਬਦ ਦਾ ਲਖਾ ਸ਼ਬਦ ਕਰਕੇ ਔਰ ਜੋ ਵੀ ਉਸਦੇ ਆਤਮਾ ਦੇ ਨਿਯਮਿਤ ਪਰਿਵਾਰ ਨੇ ਲੰਗਰ ਲਾਇਆ ਭੰਡਾਰੇ ਲਗਾਏ ਇੱਕ ਗਲਾਸ ਦਾ ਅਨੇਕ ਗਲਾਸ ਕਰਕੇ ਦੇਣਾ ਜੋ ਵੀ ਦਾਨ ਰਾਸ਼ੀ ਦਿੱਤੀ ਹੈ ਇੱਕ ਦੀ ਅਨੇਕ ਕਰਕੇ ਦੇਣਾ ਉਹਨਾਂ ਦੇ ਆਪਦੇ ਚਰਨਾਂ ਦੇ ਵਿੱਚ ਜਗ੍ਹਾ ਦੇਣਾ ਪਰਿਵਾਰ ਨੂੰ ਪਾਇਆ ਮਿਲਣ ਦੀ ਸ਼ਕਤੀ ਦੇਣਾ ਇਹਨਾਂ ਸ਼ਬਦਾਂ ਦੇ ਨਾਲ ਮੈਂ ਵਿਸ਼ਰਾਮ ਲੈਂਦਾ ਬੜੇ ਵਾਕਿਓ ਬਿਹਾਰੀ ਨਾਮ ਕੀ ਮਾਸਟਰ ਦੇਵ ਪ੍ਰਕਾਸ਼ ਜੀ ਦੀ ਅੰਤਿਮ ਅਰਦਾਸ ਚ ਸ਼ਾਮਿਲ ਹੋਏ ਸਮੂਹ ਰਿਸ਼ਤੇਦਾਰ ਤੇ ਪਿੰਡ ਵਾਸੀ ਸਕੇ ਸੰਬੰਧੀ ਮਿੱਤਰਗਣ ਸਾਰਿਆਂ ਦਾ ਪਰਿਵਾਰ ਵੱਲੋਂ ਪਹਿਲਾਂ ਮੰਥਨ ਤੇ ਧੰਨਵਾਦ ਕੀਤਾ ਜਾਂਦਾ ਹੈ ਜਿਵੇਂ ਕਿ ਪੰਡਿਤ ਜੀਆਂ ਨੇ ਬੜੇ ਵਿਸਤਾਰ ਦੇ ਵਿੱਚ ਉਹਨਾਂ ਬਾਰੇ ਦੱਸਿਆ ਤੁਸੀਂ ਵੀ ਭਲੀ ਭਾਂਤੀ ਜਾਣੋ ਉਹ ਧਾਰਮਿਕ ਭਾਵੇਂ ਬਹੁਤੇ ਆਪਾਂ ਇਹ ਨਹੀਂ ਕਹਿੰਦੇ ਵੀ ਧਾਰਮਿਕ ਸੀਗੇ ਪਰ ਉਹ ਕਰਨ ਯੋਗੀ ਸੀ ਬਹੁਤ ਉਹਨਾਂ ਨੇ ਜਿਹੜਾ ਆਪਣਾ ਕੰਮ ਸੀ ਕੰਮ ਪੂਰੀ ਇਮਾਨਦਾਰੀ ਨਾਲ ਕਰਕੇ ਹਰ ਪੱਖੋਂ ਆਪਣੇ ਪਰਿਵਾਰ ਨੂੰ ਆਪਣੇ ਸਮਾਜ ਨੂੰ ਸਾਰਿਆਂ ਨੂੰ ਜਿਹੜਾ ਯੋਗਦਾਨ ਉਹਨਾਂ ਨੇ ਦਿੱਤਾ ਉਹਨਾਂ ਦੇ ਜਾਣ ਤੋਂ ਬਾਅਦ ਉਹਨਾਂ ਦਾ ਘਾਟਾ ਕਿਸੇ ਤਰ੍ਹਾਂ ਵੀ ਪੂਰਾ ਨਹੀਂ ਹੋ ਸਕਦਾ ਸਾਰਿਆਂ ਨੂੰ ਜਿਵੇਂ ਪਤਾ ਹੀ ਹੈ ਵੀ ਉਹ ਆਪਣੇ ਪਿਤਾ ਜੀ ਦੇ ਪੰਜ ਭੈਣਾਂ ਤੇ ਪੰਜ ਭਰਾ ਸੀਗੇ ਸਾਰਿਆਂ ਨੂੰ ਵੱਡੇ ਹੋਣ ਕਰਕੇ ਆਪਣੇ ਪਿਤਾ ਜੀ ਨਾਲ ਸਾਰੇ ਪਰਿਵਾਰ ਦੇ ਲਾਲਣ ਪਾਲਣ ਦਾ ਜਿੰਮਾ ਵੀ ਉਹਨਾਂ ਨੇ ਗੁਰਗੋਬੀ ਨਿਭਾਇਆ ਸਾਰੇ ਇਹੀ ਕਾਰਨ ਹੈ ਵੀ ਉਹਨਾਂ ਦਾ ਜਿਹੜਾ ਉਹਨਾਂ ਦੇ ਭਰਾ ਭੈਣ ਸਭ ਸੁਖੀ ਨੇ ਵਧੀਆ ਪੋਸਟਾਂ ਦੇ ਨੇ ਦੋ ਭਰਾ ਉਹਨਾਂ ਦੇ ਡਾਕਟਰ ਨੇ ਇੱਕ ਜਨਰਲ ਮੈਨੇਜਰ ਆਪਣੇ ਹਿਸਾਰ ਇੱਕ ਆਪਣੇ ਪ੍ਰੋਫੈਸਰ ਸਾਹਿਬ ਨੇ ਇਸ ਤਰ੍ਹਾਂ ਉਸ ਤੋਂ ਇਲਾਵਾ ਉਹਨਾਂ ਦੇ ਜਿਹੜੇ ਤਿੰਨ ਬੇਟੀਆਂ ਤੇ ਦੋ ਬੇਟੇ ਨੇ ਉਹ ਵੀ ਪੂਰੀ ਤਰ੍ਹਾਂ ਸੈੱਟ ਨੇ ਵੱਡੀ ਬੇਟੀ ਜਿਵੇਂ ਤੁਸੀਂ ਜਾਣਦੇ ਹੋ ਧੂਰੀ ਵਿਆਹੇ ਨੇ ਫਿਰ ਭਾਈ ਜੀ ਨੂੰ ਉਹ ਬਿਜਲੀ ਬੋਰਡ ਚੋਂ ਸੁਪਰਡੈਂਟ ਰਿਟਾਇਰ ਹੋਏ ਨੇ ਤੇ ਉਸ ਤੋਂ ਛੋਟੇ ਆਪਣੇ ਬਰਨਾਲੇ ਵਿਆਹੇ ਨੇ ਆਪਣੇ ਸੁਭਾਸ਼ ਜੀ ਉਹ ਸਹਾਇਕ ਇੰਜੀਨੀਅਰ ਨੇ ਇਰੀਗੇਸ਼ਨ ਡਿਪਾਰਟਮੈਂਟ ਚ ਸਾਰਿਆਂ ਨੂੰ ਛੋਟੇ ਅਮਰਜੀਤ ਜੀ ਨੇ ਜਿੱਥੇ ਬੇਟੀ ਵਿਆਹੀ ਹੈ ਆਪਣੇ ਚੰਡੀਗੜ੍ਹ ਉਹਨਾਂ ਨੇ ਉਹ ਵਕਾਲਤ ਦੀ ਆਪਣੀ ਪ੍ਰੈਕਟਿਸ ਕਰਦੇ ਨੇ ਇਸ ਤੋਂ ਇਲਾਵਾ ਉਹਨਾਂ ਦੇ ਜਿਹੜੇ ਬੇਟੇ ਨੇ ਵੱਡੇ ਬੇਟੇ ਦਾ ਆਪਣਾ ਕੰਮ ਆਇਆ ਉਹਦੇ ਲੋਕਲ ਰਹਿ ਕੇ ਸੰਗਰੂਰ ਤੇ ਛੋਟਾ ਬੇਟਾ ਰਜੇਸ਼ ਚੰਦਰ ਬਤੌਰ ਐਕਸੀਅਨ ਰਾਈਟਸ ਦੇ ਵਿੱਚ ਕਰਦਾ ਹੈ ਕੰਮ ਇਸ ਤੋਂ ਇਲਾਵਾ ਜਿਵੇਂ ਕਿ ਤੁਸੀਂ ਅੱਛੀ ਤਰ੍ਹਾਂ ਜਾਣਦੇ ਹੋ ਵੀ ਇਹਨਾਂ ਦੇ ਜਿਹੜਾ ਪਰਿਵਾਰ ਨੂੰ ਸੰਸਕਾਰ ਇੰਨੇ ਵਧੀਆ ਸੰਸਕਾਰ ਆਪਣੇ ਦੇ ਹੋਣ ਦੇ ਨਾਲ ਨਾਲ ਬੱਚਿਆਂ ਚੋਂ ਜਿਹੜੇ ਆਪਣੇ ਫਲ ਹੁੰਦੇ ਨੇ ਆਪਾਂ ਕਹਿੰਦੇ ਹਾਂ ਵੀ ਬੂਟੇ ਦਾ ਪਤਾ ਉਹਦੇ ਫਲਾਂ ਤੋਂ ਪਤਾ ਲੱਗਦਾ ਹੈ ਤੁਸੀਂ ਅੱਛੀ ਤਰ੍ਹਾਂ ਦੇਖ ਸਕਦੇ ਹੋ ਵੀ ਕਿਸ ਤਰ੍ਹਾਂ ਦੇ ਸੰਸਕਾਰ ਨੇ ਸਾਡੀ ਆਂਟੀ ਜੀ ਮੈਂਬਰ ਪੰਚਾਇਤ ਰਹਿ ਕੇ ਉਹਨਾਂ ਨੇ ਪਿੰਡ ਦੀ ਬਤੌਰ ਮਹਿਲਾ ਪੰਚ ਜਿਹਦੀ ਪਛਾਣ ਨਹੀਂ ਹੁੰਦੀ ਸੀ ਪਿੰਡ ਦੇ ਵਿੱਚ ਸਾਰਿਆਂ ਨੂੰ ਪਹਿਲਾਂ ਉਹਨਾਂ ਨੇ ਪੂਰੇ ਇਮਾਨਦਾਰੀ ਨਾਲ ਸੱਚਾਈ ਦੇ ਨਾਲ ਜਿਹੜੇ ਵੀ ਕੰਮ ਕੀਤੇ ਉਹ ਸਾਰਾ ਪਿੰਡ ਹੀ ਅੱਛੀ ਤਰ੍ਹਾਂ ਜਾਣਦਾ ਹੈ ਇਸ ਤੋਂ ਇਲਾਵਾ ਜਿਹੜਾ ਉਹਨਾਂ ਨੇ
ਆਪਣਾ ਪੜ੍ਹਾਈ ਦਾ ਪੜ੍ਹਾਉਣ ਦਾ ਜਿਹੜਾ ਇਮਾਨਦਾਰੀ ਨਾਲ ਜਿਹੜੇ ਬੱਚਿਆਂ ਨਾਲ ਮਿਹਨਤ ਦੇ ਨਾਲ ਪੜ੍ਹਾਏ ਨੇ ਉਹਦਾ ਕੋਈ ਆਸਾਨੀ ਨਹੀਂ ਹੈਗਾ ਕਿਉਂਕਿ ਅਸੀਂ ਦੇਖਦੇ ਹਾਂ ਵੀ ਇੰਨੀ ਮਿਹਨਤ ਕਰਦੇ ਸੀ ਭਾਵੇਂ ਸਵੇਰੇ ਜਲਦੀ ਉੱਠ ਕੇ ਉਹਨਾਂ ਨੇ ਆਪਣੇ ਕੰਮ ਕਾਰ ਟਿਊਸ਼ਨ ਵਗੈਰਾ ਪੜ੍ਹਾਉਣ ਵਾਸਤੇ ਆਉਣਾ ਸੀ ਉਹ ਉਸ ਤੋਂ ਪਹਿਲਾਂ ਤਿਆਰ ਹੋ ਕੇ ਬੈਠੇ ਹੁੰਦੇ ਸੀ ਇਹ ਨਹੀਂ ਸੀ ਵੀ ਕੋਈ ਬੱਚਾ ਆ ਗਿਆ ਦੇਖੂ ਵੀ ਹਜੇ ਮਾਸਟਰ ਜੀ ਨੇ ਆਉਣਾ ਉਹ ਬੱਚਿਆਂ ਨੂੰ ਉਡੀਕਦੇ ਹੁੰਦੇ ਸੀ ਇੰਨੇ ਅਸੂਲਾਂ ਦੇ ਪੱਕੇ ਅੱਜ ਕੱਲ੍ਹ ਹੋਣਾ ਬਹੁਤ ਔਖਾ ਉਹਨਾਂ ਨੇ ਅਖੀਰਲੇ ਸਾਲ ਤੱਕ ਬਿਲਕੁਲ ਹੀ ਕਿਸੇ ਦੀ ਵੀ ਉਹਨਾਂ ਨੇ ਪਰਿਵਾਰ ਮਹਿਸੂਸ ਕੀਤੀ ਆਪਣੀ ਨਾ ਹੀ ਕਿਸੇ ਨੂੰ ਕੰਮ ਲਈ ਪਰਿਵਾਰ ਨੂੰ ਵੀ ਕਿਹਾ ਉਸ ਦਿਨ ਜਿਵੇਂ ਤੁਹਾਨੂੰ ਪਤਾ ਹੀ ਹੈ ਇਹਨਾਂ ਦਾ ਪਿੱਛੇ ਕਾਫੀ ਟਾਈਮ ਹੋ ਗਿਆ ਆਪਣਾ ਬਾਈਪਾਸ ਸਰਜਰੀ ਹੋਈ ਸੀ ਉਸ ਤੋਂ ਬਾਅਦ ਵੀ ਉੱਭਰ ਕੇ ਆਉਣਾ ਪੂਰਾ ਸੈਰ ਕਰਨੀ ਹਰ ਤਰ੍ਹਾਂ ਇੱਕ ਦ੍ਰਿੜ ਵਿਸ਼ਵਾਸ ਵਾਲਾ ਕਿਰਦੇ ਵਾਲਾ ਬੰਦਾ ਹੀ ਕਰ ਸਕਦਾ ਜਿਹੜਾ ਕਿ ਇਹਨਾਂ ਨੇ ਪੂਰੀ ਤਰ੍ਹਾਂ ਆਪਣਾ ਵਧੀਆ ਸਮਾਂ ਬਤੀਤ ਕੀਤਾ ਸੈਰ ਕਰਦੇ ਸੀ ਕੁਛ ਸਮਾਂ ਪਹਿਲਾਂ ਹੀ ਸੈਰ ਤੋਂ ਹਟੇ ਕਿਉਂਕਿ ਕੁਛ ਤਕਲੀਫ ਜ਼ਿਆਦਾ ਸੀ ਪਰ ਫਿਰ ਵੀ ਉਹ ਤਕਲੀਫ ਨੂੰ ਅਖੀਰਲੇ ਦਮ ਤੱਕ ਜਿਵੇਂ ਸੰਗਰੂਰ ਸੀ ਉਸ ਦਿਨ ਰਾਤ ਨੂੰ ਮੈਨੂੰ ਪਤਾ ਲੱਗਿਆ ਵੀ ਜਿਵੇਂ ਪੈਂਟ ਸੀ ਪੈਂਟ ਲਾ ਕੇ ਤੰਗਣ ਲੱਗੇ ਸੁਭਾਸ਼ ਜੀ ਕੋਲ ਸੀ ਸੁਭਾਸ਼ ਜੀ ਕਹਿੰਦੇ ਕਿ ਮੈਂ ਟੰਗ ਦਿੰਦਾ ਉਹ ਕਹਿੰਦੇ ਨਹੀਂ ਕਹਿੰਦੇ ਅਖੀਰਲੇ ਦਮ ਤੱਕ ਉਹ ਨਾ ਤਾਂ ਕਿਸੇ ਨੂੰ ਤਕਲੀਫ ਦੇ ਕੇ ਰਾਜੀ ਸੀ ਤੇ ਵੈਸੇ ਚਲੋ 84 ਸਾਲ ਦੀ ਤੋਂ ਉੱਤੇ ਦੀ ਉਮਰ ਸੀਗੀ ਉਹਨਾਂ ਨੇ ਜਿਹੜਾ ਆਪਣੀ ਪੜ੍ਹਾਈ ਬੀਏ ਦੀ ਕਰਕੇ 35 ਸਾਲ ਲਗਭਗ ਜਿਹੜਾ ਮਸਤਵਾਲਾ ਸਕੂਲ ਹੈ ਉੱਥੇ ਉਹਨਾਂ ਨੇ ਸੇਵਾ ਕੀਤੀ ਬੜਾ ਹੀ ਕਦੇ ਵੀ ਇਹ ਨਹੀਂ ਸੁਣਿਆ ਵੀ ਉਹਨਾਂ ਦੇ ਪ੍ਰਤੀ ਕਿਸੇ ਦੇ ਮਨ 'ਚ ਕੋਈ ਗੱਲ ਹੋਈ ਹੋਵੇ ਪਰਿਵਾਰ ਵੀ ਸਾਰਾ ਅਤੇ ਆਪ ਵੀ ਉਹਨਾਂ ਨੇ ਇੱਕ ਖਾਸ ਤੌਰ 'ਤੇ ਇੱਕ ਚਾਨਣ ਬਣਾਇਆ ਨੇ ਆਪਣੇ ਵਾਸਤੇ ਆਪਾਂ ਨੂੰ ਉਹਨਾਂ ਦੀ ਸੱਚੀ ਸ਼ਰਧਾਂਜਲੀ ਇਹੀ ਹੈ ਵੀ ਉਹਨਾਂ ਦੇ ਜਿਹੜੇ ਅਸੂਲ ਸੀ ਉਹਨਾਂ ਦੇ ਚੱਲੀਏ ਅਤੇ ਵੈਸੇ ਪਰਿਵਾਰ ਵੱਲੋਂ ਮੈਨੂੰ ਹੁਕਮ ਹੋਇਆ ਸੀ ਕਿ ਆਪਾਂ ਧੰਨਵਾਦ ਕਰਨਾ ਪਰ ਫਿਰ ਵੀ ਮੈਂ ਬੇਨਤੀ ਕਰੂੰਗਾ ਕੁਛ ਕਿਉਂਕਿ ਪਰਿਵਾਰ ਨਾਲ ਜੁੜੇ ਹੋਏ ਬੰਦੇ ਨੇ ਆਗੂ ਨੇ ਇੱਥੇ ਵੱਖ ਵੱਖ ਪੋਲੀਟੀਕਲ ਪਾਰਟੀਆਂ ਦੇ ਆਗੂ ਵੀ ਆ ਕੇ ਗਏ ਨੇ ਉਸ ਤੋਂ ਇਲਾਵਾ ਪੋਲੀਟੀਕਲ ਤੌਰ 'ਤੇ ਤਾਂ ਨਹੀਂ ਪਰ ਪਿੰਡ ਦੇ ਤੌਰ 'ਤੇ ਜੁੜੇ ਹੋਣ ਕਰਕੇ ਕੁਛ ਆਗੂ ਨੇ ਦੋ ਜਿਨ੍ਹਾਂ ਨੂੰ ਮੈਂ ਬੇਨਤੀ ਕਰੂੰਗਾ ਕਿ ਕੁਛ ਹੀ ਸ਼ਬਦਾਂ ਦੇ ਵਿੱਚ ਆਪਣੇ ਜਿਹੜੇ ਸ਼ਰਧਾਂਜਲੀ ਭੇਟ ਕਰਨ ਪਹਿਲਾਂ ਮੈਂ ਸਰਦਾਰ ਦਰਸ਼ਨ ਸਿੰਘ ਜੀ ਸਾਬਕਾ ਸਰਪੰਚ ਉਹਨਾਂ ਨੂੰ ਬੇਨਤੀ ਗੁਰਬਾਣੀ ਦਾ ਸ਼ਬਦ ਹੈ ਕਿਹਾ ਜਾਣਾ ਕਿ ਮੈਂ ਇੱਕ ਐਸਾ ਮਰਨਾ ਹੋਏ ਜੇਕਰ ਸਹਿਜ ਉਹਨਾਂ ਨਿਕਲੇ ਤਾਂ ਸਹਿਲਾ ਮਰਨਾ ਹੋਏ ਮੌਤ ਇੱਕ ਟਲ ਸਚਾਈ ਹੈ ਪਰ ਜੋ ਇਨਸਾਨ ਪਰਮਾਤਮਾ ਦੀ ਕਿਰਪਾ ਸਦਕਾ ਪਰਮਾਤਮਾ ਦੇ ਹੁਕਮ ਦੇ ਵਿੱਚ ਆਉਂਦੇ ਰਹਿੰਦੇ ਹਨ ਉਹ ਬੜੇ ਚੰਗੇ ਹਨ ਜਿਹਨਾਂ ਨਾਮ ਰੱਖਦੇ ਹਨ ਉਹ ਜਨਮ ਜਲਦੀ ਬੁਲਾ ਲੈਂਦੀ ਹੈ ਮਾਸਟਰ ਵੇਦ ਪ੍ਰਕਾਸ਼ ਜੀ ਬਾਰੇ ਬੜੇ ਹੀ ਵਿਸਥਾਰ ਦੇ ਨਾਲ ਐਜੋ ਸਾਹਿਬ ਨੇ ਦਰਸੀ ਦਿੱਤਾ ਹੈ ਉਹਨਾਂ ਦੇ ਸੁਭਾਅ ਬਾਰੇ ਜਾਂ ਪਰਿਵਾਰ ਬਾਰੇ ਉਹ ਇੱਕ ਬਹੁਤ ਹੀ ਪਹਿਲਾਂ ਹੀ ਕਹੂੰਗਾ ਵੀ ਇੱਕ ਸੰਪੂਰਨ ਵਿਅਕਤੀ ਸਨ ਔਰ ਬੜੇ ਹੀ ਸੂਲਾਂ ਦੇ ਪਾਬੰਦ ਇਮਾਨਦਾਰ ਬਹੁਤ ਹੀ ਸਹਿਜ ਸੁਭਾਅ ਦੇ ਮਾਲਕ ਹਰ ਇੱਕ ਦੇ ਦੁੱਖ ਸੁੱਖ ਦੇ ਸੀਗੀ ਹਰ ਇੱਕ ਦੇ ਸਬੰਧਾਂ ਭਲਾ ਕਰਨ ਵਾਲੇ ਇੱਕ ਬਹੁਤ ਹੀ ਵਧੀਆ ਇਨਸਾਨ ਸਨ ਉਹਨਾਂ ਦੀ ਮੌਤ ਨਾਲ ਇੱਥੇ ਪਰਿਵਾਰ ਨੂੰ ਬੜਾ ਘਾਟਾ ਪਿਆ ਉੱਥੇ ਸਾਰੇ ਨਗਰ ਨੂੰ ਸਾਰੇ ਇਲਾਕੇ ਸਾਰੇ ਇਲਾਕਾ ਨਿਵਾਸੀਆਂ ਨੂੰ ਬੜਾ ਘਾਟਾ ਪਿਆ
ਅਜਿਹੇ ਇਨਸਾਨ ਤਾਂ ਪਰਮਾਤਮਾ ਦੀ ਕਿਰਪਾ ਨਾਲ ਆਉਂਦੇ ਆਉਂਦੇ ਰਹੇ। ਇਹਨਾਂ ਅਜਿਹੇ ਬੰਦਿਆਂ ਦੀ ਅਜਿਹੇ ਇਨਸਾਨਾਂ ਦੀ ਬਹੁਤ ਹੀ ਜ਼ਿਆਦਾ ਲੋੜ ਹੁੰਦੀ ਹੈ। ਸੰਤ ਮਹਾਰਾਜ ਬਾਬਾ ਅਤਰ ਸਿੰਘ ਜੀ ਪੂਰਨ ਬ੍ਰਹਮ ਗਿਆਨੀ ਮਹਾਂਪੁਰਸ਼, ਉਹਨਾਂ ਦੀ ਇਹਨਾਂ ਦੇ ਪਰਿਵਾਰ 'ਤੇ ਇਹਨਾਂ ਦੀ ਬੜੀ ਕਿਰਪਾ ਸੀ, ਕਿਉਂਕਿ 35 ਸਾਲ ਇਹਨਾਂ ਨੇ ਕਾਲ ਕਾਲਜ ਮਾਸਟਰਾਂ ਸਾਹਿਬ ਵਿਖੇ ਸੇਵਾ ਕੀਤੀ। ਉਹਨਾਂ ਦੇ ਸਹਿਯੋਗੀ ਪ੍ਰਿੰਸੀਪਲ ਸਾਹਿਬ ਮਾਸਟਰ ਸਾਹਿਬ ਬੈਠੇ ਨੇ, ਜਿਨ੍ਹਾਂ ਨੇ ਸ਼ੁਕਮ ਵਿੱਚ ਲਿਆਏ ਨੇ, ਪ੍ਰਿੰਸੀਪਲ ਸਰਾਮ ਸਿੰਘ ਜੀ, ਪ੍ਰਿੰਸੀਪਲ ਸਰਦਾਰ ਕਰਤੇਜ ਸਿੰਘ ਜੀ, ਜਿਹਨੇ 25 ਸਾਲ ਉਹਨਾਂ ਦੇ ਨਾਲ ਉੱਥੇ ਸੇਵਾ ਪੜ੍ਹਾਈ ਕੀਤੀ। ਇਹ ਪਰਿਵਾਰ ਬਾਰੇ ਬੜੇ ਹੀ ਵਿਸਥਾਰ ਨਾਲ ਦੱਸ ਦਿੱਤਾ ਹੈ। ਇਹਨਾਂ ਦੇ ਪਿਤਾ ਸਤਿਕਾਰਯੋਗ ਸ੍ਰੀ ਮਾਨਵ ਲਾਲ ਜੀ, ਉਹ ਵੀ ਬੜੇ ਵਿੱਦਿਆ ਦੇ ਦਾਨੀ ਸਨ। ਉਹਨਾਂ ਦੇ ਮਾਰਗ 'ਤੇ ਚੱਲਦੇ ਹੋਈ ਸਾਰਾ ਪਰਿਵਾਰ, ਜਿੰਦਰ ਪਰਿਵਾਰ, ਪਰਮਾਤਮਾ ਦੀ ਬੜੀ ਕਿਰਪਾ ਹੈ। ਅੱਜ ਸਾਡੇ ਲੱਗਰ ਦਾ ਵੀ ਇਹਨਾਂ ਨੇ ਨਾਮ ਬੜਾ ਰੋਸ਼ਨ ਕੀਤਾ ਹੈ। ਹਰ ਇੱਕ ਇਹ ਧਰਤੀ ਵੀ ਇੱਦਾਂ ਦੀ ਹੈ, ਸੰਤ ਮਹਾਰਾਜ ਜੀ ਹੈ, ਜਿਵੇਂ ਕਿ ਇਸ ਧਰਤੀ ਦੇ ਉੱਤੇ ਬੜੇ ਹੀ ਵੱਡੇ ਵੱਡੇ ਯੋਧੇ ਪੈਦਾ ਦੇ ਹੋਏ ਨੇ। ਵਾਖੇਰੇ ਪੰਜਾਬ ਵਾਲਾ ਰਣਜੀਤ ਸਿੰਘ ਜੀ, ਜਨਰਲ ਹਰਵਰ ਸਿੰਘ ਜੀ, ਹੀਰਾ ਸਿੰਘ ਜੀ ਨਾਭਾ, ਅਤੇ ਉਹਨਾਂ ਦੇ ਭਾਈ ਗੁਰਬਖਸ਼ ਸਿੰਘ ਜੀ, ਅਤੇ ਇਹਨੇ ਧਰਤੀ 'ਤੇ ਬੜੀ ਕਿਰਪਾ ਹੈ, ਸੰਤ ਮਹਾਰਾਜ ਜੀ ਦੀ ਕਿਰਪਾ ਹੈ, ਇਸ ਪਰਿਵਾਰ 'ਤੇ ਹੀ ਬਹੁਤ ਵੱਡੀ ਕਿਰਪਾ ਹੈ, ਅਤੇ ਸਾਰਾ ਪਰਿਵਾਰ ਚੜ੍ਹਦੀ ਕਲਾ 'ਤੇ ਹੈ। ਅਤੇ ਕੁਛ ਮੈਂ ਤਹਿ ਜਾਂਦਾ, ਕਿਉਂਕਿ ਠੰਡਾ ਟਾਈਮ ਹੈ, ਸਭ ਨੇ ਜਾਣਾ, ਸ਼ੋਕ ਮੱਤੇ ਆਏ ਹਨ। ਬਿਰਧ ਆਸ਼ਰਮ ਵੱਲੋਂ ਸਰਦਾਰ ਦਲੇਰ ਸਿੰਘ ਜੀ ਗੋਸਲ ਸਾਹਿਬ ਜੋ ਪ੍ਰਧਾਨ ਨੇ ਸਾਡੇ, ਉਹਨਾਂ ਨੇ ਆਉਣਾ ਸੀ ਪਰ ਜ਼ਰੂਰੀ ਕਰਨ ਕਰਕੇ ਨਹੀਂ ਆ ਸਕੇ, ਉਹਨਾਂ ਵੱਲੋਂ ਵੀ ਸ਼ੋਕ ਮਤ ਆਇਆ ਹੈ। ਅਤੇ ਹੋਰ ਆਪਣੇ ਇੱਕ ਪੰਜਾਬ ਏਡਰ ਸਕੂਲ ਪੈਨਸ਼ਨ ਹੈਗਾ, ਉਹਨਾਂ ਵੱਲੋਂ ਵੀ ਮਤ ਆਇਆ ਹੈ। ਇਹ ਲੈ ਕੇ ਆਏ ਨੇ ਸਰਦਾਰ ਸੁਖੇਤ ਸਿੰਘ ਜੀ, ਸੁਸ਼ੀਲ ਜਿੰਦਲ ਜੀ, ਰੇਖ ਜਿੰਦਲ ਜੀ, ਡਾਕਟਰ ਦਰਸ਼ਨ ਕੌਰ ਜੀ, ਪ੍ਰਿੰਸੀਪਲ ਕਾਰਗਰੀ ਕਾਲਜ ਮਸਤਨ ਸਾਹਿਬ, ਡਾਕਟਰ ਸੁਰਜੀਤ ਕੌਰ, ਸਿੱਧੂ ਪ੍ਰਿੰਸੀਪਲ ਕਾਰ ਕਾਲਜ ਫਾਰ ਐਜੂਕੇਸ਼ਨ ਮਸਤਨ ਸਾਹਿਬ, ਮਾਤਾ ਗੁਜਰੀ ਦਰਸ਼ਨ ਕਾਲਜ ਰੋਥਾ, ਪ੍ਰੋਫੈਸਰ ਸੁਰਮੁਖ ਸਿੰਘ ਜੀ ਧਨੋਆ, ਪ੍ਰਧਾਨ ਕਾਰ ਕਾਲਜ ਮਸਤਨਾ ਸਾਹਿਬ, ਇਹਨਾਂ ਵੱਲੋਂ ਭਾਈ ਸ੍ਰੀ ਹਰਬੰਸ ਸਿੰਘ ਜੀ ਜੋ ਆਪਣੇ ਸਮਾਜ ਸੇਵੀ ਹਨ, ਇਹ ਮਤਾ ਲੈ ਕੇ ਆਏ ਹਨ। ਹੋਰ ਵੀ ਦੇਖ ਹਸਤੀਆਂ ਉਹਨਾਂ ਦੇ ਪੜ੍ਹਾਏ ਹੋਏ, ਉਹਨਾਂ ਤੋਂ ਜਿੱਦਾਂ ਨੇ ਵਿੱਦਿਆ ਹਾਸਲ ਕੀਤੀ, ਇੱਥੇ ਪਹੁੰਚੇ ਹਨ। ਬੜਾ ਹੀ ਵਧੀਆ ਇਨਸਾਨ ਦੇ ਉੱਤੇ ਸਾਰਾ ਸਾਡਾ ਫਰਜ਼ ਬਣਦਾ ਸੀ, ਇੱਥੇ ਪਹੁੰਚੇ ਨੇ, ਬੜਾ ਉਹਨਾਂ ਦੀ ਧੰਨਵਾਦ ਹੈ। ਜਿਵੇਂ ਕਿ ਮਾਤਾ ਜੀ ਬਾਰੇ ਦੱਸਿਆ, ਸੰਤੋਖ ਜਿੰਦਲ ਜੀ ਬਾਰੇ ਦਾਸ ਜੀ ਵੀ ਦਾਸ ਦੇ ਨਾਲ ਵੀ ਇਹਨਾਂ ਨੇ 5 ਸਾਲ ਪਿੰਡ ਦੀ ਸੇਵਾ ਕੀਤੀ ਹੈ। ਲਗਭਗ 35-34 ਸਾਲ ਇਹਨਾਂ ਨੇ ਇਸ ਨਗਰ ਦੀ ਸੇਵਾ ਬਤੌਰ ਮੈਂਬਰ ਕੀਤੀ ਹੈ। ਬੜਾ ਹੀ ਸੱਚਾਈ ਦੇ ਨਾਲ, ਇਮਾਨਦਾਰੀ ਦੇ ਨਾਲ ਇਹਨਾਂ ਨੇ ਪਹਿਰਾ ਦਿੱਤਾ ਹੈ। ਅਸੂਲਾਂ ਦੇ ਬੜੇ ਇਹ ਵੀ ਬਾਰੇ ਪ੍ਰਵਾਨ ਨੇ, ਬੜੇ ਸੱਚੇ ਸੁੱਚੇ ਇਨਸਾਨ, ਇਹਨਾਂ ਦੀ ਸਾਡੀ ਹਰ ਭਗਤੀ ਨੂੰ, ਇਹਨਾਂ ਦੀ ਸਾਡੇ ਨੂੰ ਸਾਡੇ ਦਿਲ ਨੂੰ ਲੋੜ ਰਹਿੰਦੀ ਹੈ। ਅਤੇ ਇਸ ਪਰਿਵਾਰ ਨੇ ਧਾਰਮਿਕ ਪੱਖੋਂ, ਸਮਾਜਿਕ ਪੱਖੋਂ ਹਰ ਇੱਕ ਦੁੱਖ ਸੁੱਖ ਦੇ ਸ੍ਰੀ ਹੈ ਪਰਿਵਾਰ, ਹਰੇਕ ਦੇ ਨਾਲ ਇਹ ਮਤਲਬ ਮੋਢੇ ਨਾਲ ਮੋਢਾ ਲਾ ਕੇ ਖੜ੍ਹਦੇ ਨੇ। ਸੋ ਮੈਂ ਕਹਿੰਦਾ ਹੀ ਕਿਹਾ ਹੋਇਆ, ਇਹੀ ਬੇਨਤੀ ਕਰਾਂ ਸੱਚੇ ਪਾਤਸ਼ਾਹ ਸਾਡੇ ਬਹੁਤ ਹੀ ਸਤਿਕਾਰ ਜੋ ਵੇਦ ਪ੍ਰਕਾਰ ਦੀ ਮਾਸਟਰੀਆਂ ਨੂੰ ਅਤੇ ਚੈਨਲ ਸ਼ੁਰੂਆਤ ਬਖਸ਼ੀ, ਪਰਿਵਾਰ ਨੂੰ ਭਾਣਾ ਮੰਨ ਦਾ ਬਲ ਬਖਸ਼ੀ, ਪਰਿਵਾਰ ਤੇ ਚੜ੍ਹਦੀ ਕਲਾ ਬਖਸ਼ੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਮਾਫੀ ਚਾਹੂੰਗਾ ਅਮਰਜੀਤ ਸਿੰਘ ਜੀ, ਯੂਥ ਸਪੋਰਟਸ ਕਲੱਬ ਦੇ ਪ੍ਰਧਾਨ, ਉਹਨਾਂ ਨੇ ਵੀ ਉਹਨਾਂ ਦੀ ਬੇਨਤੀ ਕੀਤੀ ਸੀ, ਪਰ ਮੈਂ ਇੱਥੇ ਇੱਕ ਗੱਲ ਸਪਸ਼ਟ ਕਰਨਾ ਚਾਹੁੰਦਾ, ਕਿਉਂਕਿ ਪੰਚਾਇਤ ਵੱਲੋਂ ਇੱਕ ਮਤਾ ਪਾਇਆ ਗਿਆ ਪਿੱਛੇ ਵੀ ਕਿਸੇ ਵੀ ਭੋਗ 'ਤੇ ਇੱਕ ਬੰਦੇ ਵੱਲੋਂ ਹੀ ਧੰਨਵਾਦ ਕੀਤਾ ਜਾਣਾ ਹੈ, ਅਤੇ ਮੈਂ ਗੁਸਤਾਖੀ ਲਈ ਪੰਚਾਇਤ ਤੋਂ ਇਸ ਗੱਲ ਦੀ ਮਾਫੀ ਮੰਗਦਾ, ਕਿਉਂਕਿ ਇਹ ਪਹਿਲੀ ਵਾਰੀ ਹੋਇਆ, ਅਤੇ ਕਿਉਂਕਿ ਮੈਂ ਸਮਝਦਾ ਸਭ ਦੀ ਭਾਵਨਾ ਹੁੰਦੀ ਹੈ, ਜਿਹਨੇ ਜਿਹਨੇ ਆਪਣੇ ਸੰਬੰਧ ਹੁੰਦੇ ਨੇ ਆਪਾਂ ਚਾਹੁੰਦੇ ਹਾਂ, ਪਰ ਕਿਉਂਕਿ ਜਿਹੜੇ ਰਿਸ਼ਤੇਦਾਰ ਸਕੇ ਸੰਬੰਧੀ ਨੇ ਬਹੁਤ ਦੂਰੋਂ ਆਏ ਨੇ, ਸਮਾਂ ਪਹਿਲਾਂ ਹੀ ਕਾਫੀ ਹੋ ਚੁੱਕਿਆ, ਉਹਨਾਂ ਨੇ ਜਾਣਾ ਵੀ ਹੁੰਦਾ, ਇਸੇ ਸੰਬੰਧ 'ਚ ਇਹ ਮਤਾ ਪਾਇਆ ਗਿਆ ਸਾਰਿਆਂ ਨੇ ਸੋਚ ਸਮਝ ਕੇ। ਇਸ ਲਈ ਮੈਂ ਬਾਕੀ ਉਦਾਰਿਆਂ ਤੋਂ ਇਸ ਸੰਬੰਧੀ ਮਾਫੀ ਮੰਗਦਾ, ਨਾਲ ਹੀ ਮੈਂ
दसना चाहना कि परिवार वालों इस शौक घड़ी के मास्टर जी की याद वक् वक् संस्थावां नूं कुछ दान दिता जा रहा है, जिवें कि अपना शिव मंदिर प्राचीन शिव मंदिर है इन्हां नूं 11,000 रुपये, ते अपना बिरध आश्रम नरेंद्र सिंह डॉक्टर नरेंद्र सिंह बिरध आश्रम है 11,000 रुपया उन्हां लई, ते गुरद्वारा गढ़ी साहब है 11,000 रुपया उन्हां लई, ते अपने गौशाला संगरूर 11,000 रुपया उन्हां लई, ते अपने पिंड दे विच राज हायर सैकेंडरी स्कूल माता राज कौर 11,000 रुपया उन्हां लई, ते 11,000 रुपया जिहड़ा प्राइमरी स्कूल है उस दे लई, अते इस तों इलावा जिथे उन्हां ने 35 साल अपनी सर्विस कीती मस्तवाणा साहब दे स्कूल लई, उहदे लई 21,000 रुपए दा चैक इन्हां दित्ता जा रहा। मैं बेनती करूंगा वक् वक् संस्थावां नूं बाद या फिर असीं उन्हां दे कोले पहुंचा देवांगे, पहुंचा देवांगे। एक वारी फिर सारे परिवार वालों आईयां होईयां संगतां रिश्तेदार सके संबंधी दूरों दूरों आए ने, पिंड वासी पंचायत वक् वक् मोहतबर सज्जन पिंड दे ते होर सके संबंधी सारिआं दा परिवार वालों धन्नवाद किया जाता है जिहड़ा दुख दी घड़ी दे विच शामिल होए हो। ते नाल ही बेनती है भी आरती तो बाद जेकर किसी ने लंगर नहीं छकिया तां उह जरूर छक के जावे। ठीक है जी, ठीक है सर। Okay.
अपनी अपनी जगह पे सारे विराजमान हुए, सारे